ਸੋ ਅੱਜ ਸੜੀਆਂ ਦੀ ਵੇਖ ਰਿਹਾ ਸਾਰੇ ਦਰਸ਼ਕਾਂ ਨੂੰ ਬਿੰਦੂ ਲੱਧਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਅੱਜ ਜੋ ਇਟਲੀ ਵਿਖੇ ਇੱਕ ਯੂਰਪ ਦਾ ਬਹੁਤ ਹੀ ਵਧੀਆ ਮੇਲਾ ਹੋਣ ਜਾ ਰਿਹਾ ਆ, 13ਵਾਂ ਸ਼ੌਂਕੀ ਮੇਲਾ ਢਾਡੀ ਅਮਰ ਸਿੰਘ ਸ਼ੌਂਕੀ ਦੀ ਯਾਦ ਵਿੱਚ ਜੋ ਕਰਵਾਇਆ ਜਾਂਦਾ ਇਹ, ਭਾਅ ਜੀ ਬਲਦੇਵ ਸਿੰਘ ਬੂਰੇ ਜੱਟਾਂ ਹੋਣੀ ਹੋਰ ਭਾਅ ਜੀ ਨਾਲ ਜਿਹੜੇ ਵੀ ਆ ਉਹ ਕਰਵਾਉਂਦੇ ਇਹ ਸਾਰਾ ਮੇਲਾ ਇਹ। ਸੋ ਅੱਜ ਅਸੀਂ ਲਾਈਵ ਤੁਹਾਨੂੰ ਇਹ ਸਾਰਾ ਮੇਲਾ ਵਿਖਾਵਾਂਗੇ ਆਪਣੇ ਚੈਨਲ ਆਵਾਜ਼ ਸਟੂਡੀਓ ਰਾਹੀਂ। ਸੋ ਇਸ ਲੋਕਲ ਸਿੰਗਰਾਂ ਦੇ ਨਾਲ ਨਾਲ ਗੱਲ ਹਰਦੀਪ ਭਾਅ ਜੀ ਵੀ ਪਹੁੰਚੇ ਹੋਏ ਆ ਕੈਨੇਡਾ ਤੋਂ, ਅਤੇ ਸਪੈਸ਼ਲੀ ਤੌਰ 'ਤੇ ਆਵਾਜ਼ ਆਸਟ੍ਰੇਲੀਆ ਦੇ ਜੋ CEO ਨੇ, CEO ਸਾਹਿਬ ਸਾਡੇ ਇਕਬਾਲ ਕੌਰ ਖੇਲਾ ਜੀ, ਅਤੇ ਸਾਡੇ ਇਸ ਆਵਾਜ਼ ਆਸਟ੍ਰੇਲੀਆ ਦੇ ਜੋ ਓਨਰ ਆ ਭਾਅ ਜੀ ਪਰਮਜੀਤ ਸਿੰਘ ਖੇਲਾ, ਉਹ ਵੀ ਸਪੈਸ਼ਲੀ ਤੌਰ 'ਤੇ ਆਸਟ੍ਰੇਲੀਆ ਤੋਂ ਇੱਥੇ ਇਟਲੀ ਵਿੱਚ ਪਹੁੰਚੇ ਹੋਏ ਆ। ਸੋ ਮੈਂ ਤੁਹਾਡੀ ਗੱਲ ਕਰਾਉਣਾ ਹੁਣ ਸਰੋਤਿਆਂ ਦੇ ਰੂਬਰੂ ਕਰਾਉਣਾ ਸਾਡੇ CEO ਸਾਹਿਬ ਨੂੰ। ਸੋ ਇਕਬਾਲ ਕੌਰ ਖੇਲਾ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਆਵਾਜ਼ ਆਸਟ੍ਰੀਆ ਸੁਣ ਅਤੇ ਦੇਖ ਰਹੇ ਚੈਨਲ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਜਿਵੇਂ ਕਿ ਸਾਡੇ ਰਿਪੋਰਟਰ ਸਾਹਿਬ ਜੀ ਨੇ ਦੱਸ ਹੀ ਦਿੱਤਾ ਹੈਗਾ ਕਿ ਅਸੀਂ ਇੱਥੇ ਅੱਜ ਇਟਲੀ ਪਾਰਮਾ ਦੇ ਵਿੱਚ ਸਪੈਸ਼ਲ ਤੌਰ 'ਤੇ ਇਨਵਾਈਟਿਡ ਹੈਗੇ ਹਾਂ ਆਵਾਜ਼ ਆਸਟ੍ਰੀਆ ਚੈਨਲ ਜਿਹੜਾ ਹੈਗਾ ਜੀ, ਅਤੇ ਤੁਹਾਨੂੰ ਅਸੀਂ ਲਾਈਵ ਜਿਹੜਾ 13ਵਾਂ ਸ਼ੌਂਕੀ ਮੇਲਾ ਹੈਗਾ ਪੂਰਾ ਲਾਈਵ ਦਿਖਾਵਾਂਗੇ। ਇੱਥੇ ਬਹੁਤ ਸਾਰੇ ਸਿੰਗਰ ਵੀ ਆਏ ਹੋਗੇ ਹੈ ਅਤੇ ਤੁਹਾਨੂੰ ਇੰਟਰਵਿਊ ਵੀ ਆਪਾਂ ਦਿਖਾਵਾਂਗੇ। ਅਤੇ ਜਿਹੜਾ ਮੇਲਾ ਆ ਜੀ ਬਿਲਕੁਲ ਸਟਾਰਟ ਹੋ ਚੁੱਕਾ ਹੈਗਾ, ਜ਼ਿਆਦਾ ਨਾ ਗੱਲਾਂ ਕਰਦੇ ਹੋਏ ਆਪਾਂ ਗਿੰਦੂ ਜੀ ਹਾਲ ਦੀ ਐਂਟਰੀ ਮਾਰੀਏ। ਹਾਂਜੀ ਆਓ ਜੀ। ਸੋ ਤੁਹਾਨੂੰ ਮੇਲਾ ਹੁਣ ਸਾਰਾ ਲਾਈਵ ਦਿਖਾਉਂਦੇ ਹਾਂ। ਸੋ ਆ ਜਾਓ ਜੀ,
ਇਕਬਾਲ ਕੌਰ ਖੇਲਾ ਜੀ ਸਪੈਸ਼ਲੀ ਤੌਰ 'ਤੇ ਆ ਸਾਡੇ ਵਿਚਕਾਰ ਪਹੁੰਚੇ ਨੇ, ਜੋ ਕਿ ਆਵਾਜ਼ ਅਸਕਰੀਆ ਦੀ ਉਹਨਾਂ ਦੇ ਸੀਓ ਸਾਹਿਬ ਨੇ। ਸੋ ਇਹਨਾਂ ਨੂੰ ਅਸੀਂ ਸਾਰੇ ਕਲੱਬ ਵੱਲੋਂ, ਸਾਰੇ ਇਟਲੀ ਦੀ ਜਿੰਨੇ ਵੀ ਪੰਜਾਬੀ ਸਾਡੇ ਵੀਰ ਵੱਸਦੇ ਨੇ ਉਹਨਾਂ ਵੱਲੋਂ ਤੁਹਾਡਾ ਜੇ ਆ ਗਿਆ ਸ਼ਾਮੀ ਦੱਸਦੇ ਹਾਂ ਜੀ। ਔਰ ਰਿਆ ਮਨੀ ਟ੍ਰਾਂਸਫਰ ਉਹ ਵੀ ਸਾਡੇ ਵਿਚਕਾਰ ਪਹੁੰਚੇ ਨੇ ਜੀ, ਤੁਹਾਨੂੰ ਵੀ ਜੇ ਆ ਜੀ। ਅਨਿਲ ਕੁਮਾਰ ਸ਼ਰਮਾ ਜੀ ਆਸਥਾ ਦੇ ਬੜੇ ਅੱਜ ਕੱਲ੍ਹ ਘਰ ਲਾਏ ਨੇ ਨਾ, ਜਿਹਨੇ ਲੈਣਾ ਹੋਵੇ ਉਹਨਾਂ ਨੂੰ ਮਿਲ ਸਕਦੇ ਨੇ। ਮੋਹਨ ਸਿੰਘ ਜੀ, ਮਿਲਨ ਸਾਹਿਬ, ਜਸਵੀਰ ਕੰਠ ਚੜੀਆ ਸਾਹਿਬ, ਔਰ ਸਾਡੇ ਵਿਚਕਾਰ ਪਰਮਜੀਤ ਸਿੰਘ ਜੀ ਖੇਲ ਸਾਹਿਬ, ਸਾਰੀ ਮਾਈਨਾਜ ਹਸਤੀਆਂ ਸਟੇਜ 'ਤੇ ਵਿਰਾਜਮਾਨ ਹੋ ਚੁੱਕੀਆਂ ਨੇ। ਸੋ ਮੈਂ ਬੇਨਤੀ ਕਰਾਂਗਾ, ਬਦੇ ਮਜ਼ਲੀਆਂ ਦੀ ਜਲਦੀ ਕਰੋ, ਕਿਉਂਕਿ ਮੈਨੂੰ ਪਤਾ ਕਿ ਬੜੀ ਜ਼ਿੰਮੇਵਾਰੀ ਹੁੰਦੀ ਹੈ। ਮੇਲੇ ਕਰਵਾਉਣੇ ਕੋਈ ਸੌਖੀ ਗੱਲ ਨਹੀਂ ਹੈ, ਮੇਲਾ ਤਾਂ ਇੱਕ ਕਰਵਾਉਣਾ ਬੜਾ ਮੁਸ਼ਕਲ ਹੋ ਜਾਂਦਾ। ਇਹ 13ਵਾਂ ਮੇਲਾ ਹੈ ਜੀ, 13ਵਾਂ ਸ਼ੌਕੀ ਮੇਲਾ, ਜੋ ਕਿ ਅੱਜ ਆਪਣੇ ਇਸ 12ਵਾਂ ਸ਼ਹਿਰ ਦੇ ਵਿੱਚ ਬੜੇ ਧੂਮਧਾਮ ਦੇ ਨਾਲ ਸੋ ਕਰਵਾਇਆ ਜਾ ਰਿਹਾ ਹੈ। ਸੋ ਇਹ ਰੀਬਨ ਆ ਜੇ ਕਿਤੇ ਰੀਬਨ ਲੈ ਕੇ ਉਹਦਾ ਫਿਰ ਸਾਰਾ ਨਹੀਂ ਪੜਨ, ਰੀਬਨ ਔਰ ਰੇਬਨ 'ਚ ਥੋੜ੍ਹਾ ਜਿਹਾ ਫਰਕ ਹੈ। ਸੋ ਲਓ ਜੀ, ਮੇਲੇ ਦੀ ਸ਼ੁਰੂਆਤ ਅੱਜ ਦੇ ਇਸ ਮੁਬਾਰਕ ਹੱਥਾਂ ਦੇ ਨਾਲ ਸਾਡੇ ਮਾਈਨਾਜ ਹਸਤੀਆਂ ਸਾਰੀਆਂ ਹੀ, ਸਾਡੇ ਮੋਹਨ ਸਿੰਘ ਜੀ ਹਿਰਨਾ ਸਾਹਿਬ ਆਪਣੇ ਸ਼ੁਭ ਘਰ ਕਪਲਾ ਦੇ ਨਾਲ ਅੱਜ ਦੀ ਇਸ ਮੁਬਾਰਕ ਪ੍ਰੋਗਰਾਮ ਨੂੰ ਸ਼ੁਰੂ ਕਰਨ ਦੀ ਇਜਾਜ਼ਤ ਦੇਣਗੇ। ਸੋ ਮੈਂ ਬੇਨਤੀ ਕਰਾਂਗਾ, ਆਓ ਜੀ, ਆਓ ਜੀ ਆਓ, ਕਿਉਂਕਿ ਸਾਰਿਆਂ ਦੇ ਨਾਲ ਰਲ ਕੇ ਹੀ ਹਮ ਅਕੇਲੇ ਹੀ ਨਿਕਲੇ ਥੇ ਘਰ ਸੇ, ਕਾਰਵਾ ਬਣਦਾ ਗਿਆ, ਲੋਕ ਮਿਲਦੇ ਗਏ ਔਰ ਕਾਰਵਾ ਬਣਦਾ ਗਿਆ। ਸੋ ਜ਼ੋਰਦਾਰ ਤਾੜੀਆਂ ਜੀ, ਜ਼ੋਰਦਾਰ ਤਾੜੀਆਂ, ਥੈਂਕ ਯੂ ਜੀ, ਬਹੁਤ ਬੜੀ ਮਿਹਰਬਾਨੀ ਜੀ, ਸ਼ੁਕਰੀਆ। ਸਾਡੇ ਵਿਚਕਾਰ ਸੁਖਚੈਨ ਸਿੰਘ ਜੀ ਠੀਕਰੀਵਾਲ ਸਾਹਿਬ ਉਹ ਵੀ ਪਹੁੰਚੇ ਨੇ, ਸੋ ਉਹਨਾਂ ਨੂੰ ਵੀ ਇੱਥੇ ਆਇਆਂ 'ਤੇ ਜੀਆਂ ਅੱਗੇ ਆ। ਸੋ ਜਿਸ ਤਰ੍ਹਾਂ ਮੈਂ ਤੁਹਾਡੇ ਨਾਲ ਪਹਿਲਾਂ ਵੀ ਗੱਲ ਸਾਂਝੀ ਕੀਤੀ ਸੀ ਕਿ ਸਾਡੇ ਵਿਚਕਾਰ ਆਵਾਜ਼ ਆਸਟ੍ਰੇਲੀਆ ਦੇ, ਉੱਥੋਂ ਉਹਨਾਂ ਦੇ ਸੀਓ ਸਾਹਿਬ ਸਾਡੇ ਵਿਚਕਾਰ ਇਕਬਾਲ ਕੌਰ ਖੇਲਾ ਜੀ ਸਾਡੇ ਵਿਚਕਾਰ ਪਹੁੰਚੇ ਨੇ। ਸੋ ਦੋ ਸ਼ਬਦ ਮੈਂ ਬੇਨਤੀ ਕਰਾਂਗਾ ਸਰੋਤੇ ਦੇ ਨਾਲ ਸਾਂਝੇ ਕਰਕੇ ਜੀ, ਇਕਬਾਲ ਕੌਰ ਖੇਲਾ। ਇਨਵਾਈਟਡ ਕੀਤਾ ਹੈ ਜੀ, ਪੂਰਾ ਜਿਹੜਾ ਮੇਲਾ ਹੈ ਕਵਰੇਜ ਕਰਾਂਗੇ ਅਸੀਂ, ਪੂਰੀ ਕੋਸ਼ਿਸ਼ ਰਹੇਗੀ। ਅਤੇ ਨਾਲ ਹੀ ਅਸੀਂ ਤੁਹਾਨੂੰ ਇਹ ਕਹਿੰਦੇ ਕਿ ਜਿੱਦਾਂ ਇਹ ਚੈਨਲ ਹੈਗਾ ਹੈ, ਤੁਸੀਂ ਇੰਟਰਨੈਟ 'ਤੇ ਆਪਣੇ ਮੋਬਾਈਲ ਦੇ ਵਿੱਚ ਐਪ ਸਟੋਰ ਦੇ ਵਿੱਚ ਜਾ ਕੇ ਸਿਰਫ ਡਾਊਨਲੋਡ ਕਰਨਾ ਬਿਲਕੁਲ ਫ੍ਰੀ ਹੈਗਾ। ਅਤੇ 24 ਆਵਰਸ ਜਿਹੜਾ ਹੈਗਾ ਆ ਇਹ ਮਿਊਜ਼ਿਕ ਚੱਲਦਾ ਹੈ ਅਤੇ ਲਾਈਵ ਪ੍ਰੋਗਰਾਮ ਵੀ ਹੁੰਦੇ ਹੈਗੇ। ਅਤੇ ਹਾਂਜੀ, ਇਸ ਦੇ ਨਾਲ ਮੈਂ ਬਹੁਤ ਬਹੁਤ ਧੰਨਵਾਦ ਕਰਦੇ ਹੈਗੇ ਹਾਂ ਜੀ ਆਵਾਜ਼ ਹਾਊਸਰ ਦੀ ਪੂਰੀ ਟੀਮ ਵੱਲੋਂ, ਅਤੇ ਪ੍ਰਦੀਪ ਸਿੰਘ ਬੂਰਾ ਚੱਟਾ ਅਤੇ ਉਹਨਾਂ ਦੀ ਜਿਹੜੀ ਪੂਰੀ ਟੀਮ ਹੈਗੀ ਆ, ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇੰਨਾ ਮਾਣ ਬਖਸ਼ਿਆ ਕਿ ਅਸੀਂ ਆਸਟ੍ਰੇਲੀਆ ਬਿਆਨਾਂ ਦੇ ਵਿੱਚ ਜਿਹੜਾ ਰੇਡੀਓ ਚਲਾ ਰਹੇ ਹਾਂ। ਯੂਰਪ ਦਾ ਪਹਿਲਾ ਪੰਜਾਬੀ ਰੇਡੀਓ ਹੈਗਾ ਜੀ ਇੰਡੀਅਨ, ਜਿਹੜਾ ਅਸੀਂ ਸਟਾਰਟਿੰਗ ਕੀਤਾ ਹੋਇਆ ਜੀ 16 ਮਾਰਚ ਨੂੰ। ਅਤੇ ਅਸੀਂ ਆਸ ਕਰਦੇ ਹਾਂ ਕਿ ਇੱਥੇ ਜਿੱਦਾਂ ਕਿ ਅਸੀਂ ਦੇਖਿਆ ਹੈਗਾ, ਗੁਰਦੁਆਰੇ ਵੀ ਗਏ ਸੀਗੇ ਅੱਜ, ਅਤੇ ਉੱਥੋਂ ਦੀ ਵੀ ਕਵਰੇਜ ਕੀਤੀ ਹੈਗੀ ਆ। ਆਪਣੀ ਜਿਹੜੀ ਇੰਡੀਅਨ ਪੰਜਾਬੀ ਕਮਿਊਨਿਟੀ ਹੈ ਇੱਥੇ ਬਹੁਤ ਜ਼ਿਆਦਾ ਸਪੋਰਟ ਕਰਦੀ ਹੈਗੀ ਆ, ਅਤੇ ਅਸੀਂ ਇਹ ਆਸ ਕਰਦੇ ਹਾਂ ਕਿ ਤੁਸੀਂ ਇਹ ਜਿਹੜਾ ਤੁਹਾਡਾ ਆਪਣਾ ਯੂਰਪ ਦਾ ਪਹਿਲਾ ਪੰਜਾਬੀ ਇੰਡੀਅਨ ਰੇਡੀਓ ਅਤੇ ਚੈਨਲ ਵੀ ਹੈਗਾ ਆ, ਤੁਸੀਂ ਦੇਖ ਵੀ ਸਕਦੇ ਹਾਂ ਅਤੇ ਸੁਣ ਵੀ ਸਕਦੇ ਹੈਗੇ ਆ, ਇਹਨੂੰ ਵੀ ਇੰਨਾ ਹੀ ਪਿਆਰ ਬਖਸ਼ੋਗੇ। ਹਾਂਜੀ, ਅਤੇ ਜਿਵੇਂ ਕਿ ਪ੍ਰੋਗਰਾਮ ਦੀ ਤੁਹਾਡਾ ਇਹ ਜਿਹੜਾ 13ਵਾਂ ਸ਼ੌਕੀ ਮੇਲਾ ਹੈਗਾ ਸਟਾਰਟ ਹੋ ਚੁੱਕਾ ਆ, ਮੈਂ ਇੰਨਾ ਹੀ ਤੁਹਾਡੇ ਕੋਲੋਂ ਦੋ ਸ਼ਬਦ ਬੋਲ ਕੇ ਇਜਾਜ਼ਤ ਲੈਂਦੀ ਹਾਂ। ਅਤੇ ਨਾਲ ਹੀ ਅਗਲਾ ਜਿਹੜਾ ਪ੍ਰੋਗਰਾਮ ਆ ਉਹ ਸਾਡੇ ਜਿਹੜੇ ਹਾਂਜੀ ਦੇ ਦੱਸਦੇ ਹੈਗੇ, ਅਤੇ ਮੈਂ ਇਹਦੇ ਵਿੱਚ ਤੁਹਾਡੇ ਨਾਲ ਕੁਛ ਨਾ ਕੁਛ ਸ਼ੇਅਰ ਕਰਦੀ ਰਹਾਂਗੀ।
थैंक यू भाई दादा जी, बड़ी मेहरबानी, शुक्रिया जी। आवाज असरिया जी जिन्हों बारे तुम जानकारी दी, और क्योंकि इटली की धरती पर बड़े बड़े मेले अजकल बड़े बड़े प्रोग्राम सभ्याचारक मेले कलाकार की धरती बन चुके हैं इटली। कल भी साढ़े रिंकू जी इन्होंने पैलेस के नाइट हुई है, बड़े वधिया प्रोग्राम उत्थे पेश किए गए। सो दोबारा फिर सारे जिया आखिया जी शांति करते हैं, क्योंकि मक्खण चोर चुराएगा कि मक्खण चोर चुराएगा कि मक्खण अजकल कोई रही ना मक्खण खाण जोगे, मक्खण चोर चुराएगा कि मक्खण अजकल कोई रही ना मक्खण खाण जोगे। अजकल की नाज मंडिया लोगो रहेगी रेहड़िया के गोल गप्पे खाण जोगे, मार दो ताड़ी जेकर वधिया लगे अरे पूरा नहीं हो गया। मक्खण चोर चुराएगा कि मक्खण अजकल कोई रही ना मक्खण खाण जोगे, क्योंकि मक्खण की गल यह है सर गया अमर सिंह जी शौकी साहब उन्होंने टाइम के जो कि बापू ने खेतों में जाना ना, फिर बेबे ने मदानी ने भी जो चाटी पानी मक्खन के पेड़े के नाल पानी हथियार रोटियां बना के जो पौने के बन के भेज देनिया ना खेतों में, फिर बापू सारा सारा दिन हड़ मारी जाता से रोटियां खा के भुख नहीं सी लगती। अजकल तो सारा कुछ डुप्लीकेट ही है, आप कहते भी डब्बिया का दुध है जो वधिया है, पर यह तो सारा कुछ कढ़िया हुआ है। मक्खण चोर चुराएगा कि मक्खण अजकल कोई रही ना मक्खण खवाण जोगी, अजकल की नाजुक मटियार लोग रहती रेहड़िया के गोल गप्पे खाण जोगी। वह शामा वेखिया कि साड़ी की मत मारी, शामा वेखिया कि साड़ी की मत मारी, असी डिपुआ का दुध पे अबाड़दे हां, ऐसे चंद्रे समाज में की आखा जिथे गौं छड़ के कुत्ते पे पालदे हां, गौं छड़ के कुत्ते पे पालदे हां। क्योंकि इटली की धरती देखिए मैडम कई बार कुत्ते मैडम ही नहीं मानी है, बंदे कटी कमाते हैं पर कुत्ते बड़े पाल रहे हैं दोनों। सो मेले की शुरुआत हो चुकी है, सो इस मेले को अगर तौर के लिए मैं बेनती करा कि बहुत ही खूबसूरत आवाज है वाले जिन्होंने धार्मिक कल्चर कैसे में तुम सुनिए तो देखिए आवाज लड़ जा रहे हैं मेरी नाम कुलविंदर सुनर साहब। सुगर करके यूरोप की
ਪਹਿਲਾਂ ਕੀ ਕਿਹਾ ਕੋਟਾ ਚਾਹਾਂਗਾ ਸੁਸਕਾਰ ਕਲਾ ਭਾਜੀ ਸਾਥ ਦੇਣਗੇ। ਗੱਲ ਕਰੀ ਯੂਰਪ ਦੀ, ਯੂਰਪ ਵਿੱਚ ਬੈਠੇ ਹਾਂ ਸਾਰੇ ਹੀ ਪੱਕੇ ਮਜ਼ਬੂਰੀਆਂ ਲੈ ਕੇ ਬੈਠੇ ਹਾਂ, ਕੋਈ ਵੀ ਖੁਸ਼ੀ ਨਾਲ ਨਹੀਂ ਆਉਂਦਾ। ਸੋ ਬਹੁਤ ਸਮਾਂ ਪਹਿਲਾਂ ਗੱਲਾਂ ਚੱਲਦੀਆਂ ਸੀ ਕਿ ਜੇਕਰ ਕੋਈ ਪੰਜਾਬ ਛੱਡ ਕੇ ਆਪਣੀ ਖੁਸ਼ੀ ਨਾਲ ਇੱਥੇ ਆਉਂਦਾ ਤਾਂ ਉਹ ਤੋਂ ਵੱਡੀ ਮਾਣ ਵਾਲੀ ਗੱਲ ਹੋਏ ਜੀ। ਪਰ ਇਸ ਟਾਈਮ ਅਸੀਂ ਸਾਰੇ ਹੀ ਜਿੰਨੇ ਵੀ ਮਰਜ਼ੀ ਹੋਣ ਵੱਡੀਆਂ ਵੱਡੀਆਂ ਗੱਡੀਆਂ ਧੋਦੇ ਹਾਂ, ਸਿਰਫ ਅਸੀਂ ਆਪਣੀਆਂ ਮਜ਼ਬੂਰੀਆਂ ਨੂੰ ਲੈ ਕੇ ਇੱਥੇ ਬੈਠੇ ਹਾਂ। ਸੋ ਕੁਝ ਕੁ ਗੱਲਾਂ ਜੋ ਆਪਣੇ ਪਿੰਡ ਨਾਲ ਅਟੈਚਮੈਂਟ ਨੇ, ਸੋ ਆਪਣੇ ਪਰਿਵਾਰ ਨਾਲ, ਸੋ ਕਿਸ ਮਜ਼ਬੂਰੀਆਂ ਨੂੰ ਉਹਨਾਂ ਮਜ਼ਬੂਰੀਆਂ ਤੁਹਾਡੇ ਸਾਹਮਣੇ ਸੁਣਾਵਾਂਗਾ।
लख लख मुबारक जी। सो बहुत वधिया, थैंक यू भाई, थैंक यू। क्या बात है जी, कुलविंदर सुनर साहब बहुत वधिया आवाज दिखा रहे। वतना की गल की है, यूरों की गल की है, डॉलर की गल की है, क्योंकि तेन भेजिया पुत परदेशों की करते कि मजबूरी से करतियां तंगियां कट्टण लई पैसा भी बहुत जरूरी सी। अपने भी सन गैर बने, तो हम गैर भी बन के करते हैं। हम तो पंचायती भी पूछ के रेलो जी तेरे बापू नूं दर्द करते हैं, तेरे बापू नूं दर्द करते हैं, क्योंकि वह समा से जो तो कोई पूछा नहीं करता सी, पर अच्कल पुत परदेशों के पहुँच गया। डॉलर के ढेरियां लिया दी, कोठी पा दी, कार भी खड़ी होगी, हम पिंड भी पूछ गए करना से पिंड की फलाने वाली पक्की करें तेरी की सलाह है। पैसा चीज ही ऐसी है, क्योंकि सभी बन जाते हैं दोस्त शर्मा जी, सभी बन जाते हैं दोस्त। पैसा जब पास होता है टूट जाता है गरीबी में जो रिश्ता खास होता है, क्योंकि पैसे ना त्रेड़ा पै जाती है कई बार। बेटी बेटी कहता वो कौन किसी का बेटी, बेटी अच्कल वेखण बाद कहता वेखण जेब यूरो, वेखण पहला जेब तेरी। सो ठीक नहीं गल है, बड़े वधिया तरीके बहुत ही समय सिर दो गीतों के नाल कुलविंदर सुनर साहब हाजिर करा के गए हैं। सो जिथे आवाज आस्ट्रेलिया तो सारी टीम पहुंची है, उन्होंने साढ़े गिंदू लिदड़ साहब वो भी साढ़े विचकार, गिंदू लिदड़ साहब वो भी साढ़े विचकार, गिंदू लिदड़ साहब क्या बात है, वो भी साढ़े विचकार पहुंचे। एक बार इन्होंने नाम जोरदार ताली, क्योंकि सारा जरा जिन्ना भी सारा प्रोग्राम है लाइव टेलीकास्ट हो गया पूरे वर्ल्ड में, जिते भी कोई पंजाबी भी पंजाबी माँ बोली की सेवा करने वाला कोई भी बैठा है वो अज इस चैनल सुन रहे थे देख रहे हैं। सो बड़ी मेहरबानी, थैंक यू जी। साढ़े विचकार जीडिया पहुंचिया माई दाल शशिता, जिन्होंने शेर सिंह जी सिद्धू साहब, रिंकू कताला जट्टा, मनमोहन सिंह जी एडी साहब, साढ़े दोबारा फिर रिंकू सैनी साहब, जिन्होंने कि कल शामी बहुत ही खूबसूरत डाइट बहुत ही अच्छे सरकार जी ने बड़े गुरु की देखो भी साढ़े विचकार पहुंचे थे जी। सो आप सारे जी हाँ फिर शाम की करते हैं। सो लाओ समा है जरा अपने चाल चलना जा रहा है, थोड़े रूप रूप वो गला करा वो अदा करा फिर कर प्रीति ग्राया जी, और उन्होंने मैं बेनती करा कि प्लीज स्टेज पर पहुंचने की कृपालता कर। जिन्होंने खास करके तुसा वेख्या कि इटली की धरती से खास करके धार्मिक प्रोग्राम जिन्होंने बहुत किए जागृत किए सभ्याचार के मेले पिछले एक नाइट हुई सी बटाली साहब, साढ़े रिंकू जी बैठे ने ब्यारना ने उत्थे उन्होंने जो परफॉर्मेंस की तो बड़ा अच्छा लगे। इंडिया की धरती से भी बड़े मेलिया ने जिन्होंने गाया तकरीबन धार्मिक लाइन के पीर दिया धार्मिक लाइन के पांच छे कैसेट जिन्होंने मार्केट के आए, उस तो बाद इटली की धरती पर पहुँच चुके हैं। सो बड़ी कार सी फीमेल गायिका है, सो वो प्रीति गुराया जी अज इतने पहुंचे ने। सो मैं बेनती कराँगा एक बार जोरदार ताड़ियां बड़े जोरदार ताड़ी के विचकार आवाज लेने जा रहे हैं मेरी नाम प्रीति गुराया।
सो तेरवा शौकी मेला स्वर्गीय अमर सिंह जी की याद में करवाया जा रहा है। सो मैं थैंक्स करती हाँ बलदेव सिंह जी पूरे चट्टा जसवीर खान जी चेलिया मनमोहन सिंह जी मेला तो होर सारे मेले प्रबंधक कमेटी ते मेरे रब वर्गे सरोतियां दा धन्नवाद करती हाँ। अनिल कुमार शर्मा जी साढ़े किंग पैलेस के मालक सैनी साहब जी का सो मैं बहुत थैंकफुल करती हाँ। सो इस मेले दिया मैं सब बधाइया दी हाँ। We'll be right back.
क्या बात है जी, महको तो महको के गुलशन में बहार आ जाए। एक बार ताली फिर इतनी जोर से बजाओ कि इस कलाकार के चेहरे पे थोड़ा सा और निखार आ जाए। बुलाने दो ताली जी, क्या बात है, क्योंकि जिड़िया तालियां एनर्जी का काम करती हैं, बाकी तो तुम्हें पता ही है। सो मेला अपने पैर चले जा रहे हैं। प्रीति गुराना जी ने ओ वार गाई है जो कि स्वर्गीय अमर सिंह शौकी में रिकॉर्डेड हुई वार, जिस वार ने पंजाब ने हिंदुस्तानी करके पूरे वर्ल्ड में जितने भी कोई पंजाबी बसता है, बहुत सारे कलाकारों ने अजकल के कलाकारों ने इस वार को रिकॉर्ड भी कराया है, गाया भी है। मनमोहन वास साहब और होर बहुत सारे कलाकारों ने गाया है। सो अज प्रीति गुराना जी ने गा के अज इस मेले के बाकायदा उन्होंने हाजिरी लगाई है। सो मैं बेनती करा कि होर एक दो गीत गाने दा सी प्रीति गुराना जी। Oh,
क्योंकि जो इस तरह गुलामी मिट्टी के बाद फिर बोलना ही पड़ना, क्योंकि शायद लिखना कि धोने से जो ना धुले उसको दाग कहते हैं, धोने से जो ना धुले उसको दाग कहते हैं, मिले ना जो भर पेट खाना उसको निर्वाह कहते हैं। जिस बाग में टहकती है बुलबुलें, जिस खेत में हो हरियाली, उसी को बाग कहते हैं। ऐरान दुनिया में गवैये तो बहुत गाते हैं, मगर फटक जाए जो कलेजे में उसी को राग कहते हैं। जोरदार तालियां प्रीति ग्राही के प्यार से। वाकई सुरां दी सही तर्जमानी इन्हें उच्चे स्केल के नाल हाजिरी लगाई है। सो एक दो हाजिरियां होर, उस तो बाद पम्मा लसाड़ा साहब को त्यार पर त्यार ने जी, पम्मा लसाड़िया साहब। सो पम्मा यूके कहूँगा, मैं जलेडी कहूँगा, हम देखते हैं जल्दी झलक आती है कि रैलडी के नहीं। सो प्रीति गुराई जी तो बाद पम्मा लसाड़ी साहब को त्यार ने, उन्होंने बाद साढ़े गिर हरदीप साहब थोड़े दूर होने प्रीति गुराई। Thank you.
ਬਣੀਆਂ, ਸ਼ਾਦੀ ਘਰੇ ਵਿਆਹਾਂ ਬਣੀਆਂ, ਕਿਉਂਕਿ ਕਹਿੰਦੇ ਮਾਂ ਜੈਸਾ ਕਣਸ਼ਾਵਾਂ ਮੁੱਦਾ ਮੈਨੂੰ ਜਗ ਨਜ਼ਰ ਨਾ ਆਏ, ਜਿਸ ਤੋਂ ਲੈ ਕੇ ਸ਼ਾਮ ਉਤਾਰੇ ਰੱਬ ਨੇ ਸਵਰਗ ਬਣਾਏ, ਬਾਕੀ ਕੁੱਲ ਦੁਨੀਆਂ ਦੇ ਬੂਟੇ ਜੜ ਸੁੱਕੀਆਂ ਸੁੱਕ ਜਾਵਣ, ਇਹ ਪਰ ਫੁੱਲਾਂ ਦੇ ਕਮਲਾਇਆ ਇਹ ਬੂਟਾ ਸੁੱਕਦਾ ਰਹੇ। ਮਾਂ ਇੱਕ ਐਸਾ ਬੂਟਾ ਹੈ ਜੋ ਜੜ ਸੁੱਕਣ ਦੇ ਨਾਲ ਨਹੀਂ ਸੁੱਕਦਾ, ਦੁਨੀਆਂ ਦੇ ਕੁੱਲ ਬੂਟੇ ਜੜ ਸੁੱਕਣ ਦੇ ਨਾਲ ਸੁੱਕ ਜਾਂਦੇ ਨੇ, ਪਰ ਮਾਂ ਇੱਕ ਐਸਾ ਬੂਟਾ ਹੈ ਜੇ ਕਿਤੇ ਵੀ ਫਲ ਨੂੰ ਕੋਈ ਦਾਗ ਨਹੀਂ ਲੱਗੇ ਤਾਂ ਸੁੱਕ ਜਾਵੇ ਤਾਂ ਬੂਟਾ ਸੁੱਕ ਜਾਵੇ। ਸੋ ਰਿਕੀ ਗੁਰਾਇਆ ਜੀ ਬਾਪੂ ਵੀ ਆਪਣੀ ਦਮਦਾਰ, ਕਿਉਂਕਿ ਮੈਂ ਵਧਾਈ ਦੇਵਾਂ ਸੁਖਦੇਵ ਸਿੰਘ ਜੀ ਪੂਰੇ ਜਿੱਟਾਂ ਹੋਣਾ ਨੂੰ, ਸਾਰੇ ਜਿੰਨੇ ਵੀ ਕਲੱਬ ਦੇ ਮੈਂਬਰ ਸਾਹਿਬਾਨ ਨੇ, ਕਿ ਇਹਨਾਂ ਨੇ ਅੱਜ ਇਹੋ ਜਿਹੇ ਕਲਾਕਾਰ ਚੁਣ ਕੇ ਲਿਆਉਂਦੇ ਨੇ ਪੂਰੇ ਵਰਲਡ ਦੇ ਵਿੱਚ, ਤਾਂ ਮੈਂ ਕਿਉਂਕਿ ਗਿਰ ਹਰਦੀਪ ਸਾਹਿਬ ਹਿੰਦੁਸਤਾਨ ਦੀ ਧਰਤ ਤੋਂ ਕਨੇਡਾ ਅਮੈਰੀਕਾ ਇਟਲੀ ਜਪਨ ਫਰਾਂਸ ਜਿੱਥੇ ਵੀ ਕੋਈ ਪੰਜਾਬੀ ਵੱਸਦਾ ਹੈ ਉੱਥੇ ਹਾਜ਼ਰ ਕਰ ਚੁੱਕੇ ਨੇ। ਪ੍ਰੀਤੀ ਗੁਰਾਇਆ ਜੀ ਹਿੰਦੁਸਤਾਨ ਦੀ ਧਰਤੀ ਤੋਂ ਆਏ ਨੇ, ਔਰ ਮਾਮਾ ਲਸਾਣੀਆ ਸਾਹਿਬ ਇਟਲੀ ਦੇ ਹੋ ਕੇ ਵੀ ਯੂਕੇ ਦੇ ਬਣ ਗਏ ਨੇ, ਉਹ ਵੀ ਇੱਥੇ ਆਏ ਨੇ। ਪਰ ਜਿੰਨੇ ਵੀ ਕਲਾਕਾਰ ਬਾਖੂਬੀ ਦਮਦਾਰ ਆਵਾਜ਼ ਦੇ ਮਾਲਕ ਨੇ, ਬਾਕੀ ਪ੍ਰੀਤੀ ਗੁਰਾਇਆ ਜੀ ਬਹੁਤ ਹੀ ਖੂਬਸੂਰਤ ਆਵਾਜ਼ ਦੇ ਮਾਲਕ ਨੇ, ਬੜੀ ਵਧੀਆ ਇਹਨਾਂ ਨੇ ਹਾਜ਼ਰੀ ਲਗਾਈ ਹੈ। ਸੋ ਜੇਕਰ ਵਧੀਆ ਲੱਗਿਆ ਹੈ ਤਾਂ ਇੱਕ ਵਾਰ ਤਾਲੀ ਪਾ ਕੇ ਕਰ, ਥੈਂਕ ਯੂ ਮਿਹਰਬਾਨੀ ਜੀ। ਸੋ ਇੱਧਰੋਂ ਸਾਡੇ ਜਿਹੜੇ ਕਿ ਆਵਾਜ਼ ਅਸਤਰੀਆ ਜੀ ਤੋਂ ਸਾਰਾ ਜਿਹੜਾ ਪ੍ਰੋਗਰਾਮ ਹੈ ਮੈਂ ਦੁਬਾਰਾ ਫਿਰ ਦੱਸਦੇ ਹਾਂ ਕਿ ਲਾਈਵ ਟੈਲੀਕਾਸਟ ਹੋ ਰਿਹਾ ਹੈ। ਸੋਢੀ ਸਾਹਿਬ ਤੁਹਾਡਾ ਜਾਣਾ ਮੇਰੇ ਖਿਆਲ ਦੇ ਵਿੱਚ, ਨਹੀਂ 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 ਸੋਢੀ ਜਗਨਾ ਸਾਹਿਬ ਬਹੁਤ ਅੱਛੇ ਰੈਂਕ ਨੇ, ਬਹੁਤ ਹੀ ਰਿਕੁਐਸਟ ਨੇ। ਲੈਬਰ ਹੁਸੈਨਪੁਰੀ ਸਾਹਿਬ ਜੋ ਕਿ ਇਸ ਮੇਲੇ ਦੇ ਵਿੱਚ ਹਾਜ਼ਰ ਵੀ ਆ ਚੁੱਕੇ ਨੇ, ਬੜੇ ਮਸ਼ਹੂਰ ਕਲਾਕਾਰ ਨੇ, ਇਹ ਉਹਨਾਂ ਦੇ ਮਾਮਾ ਜੀ ਨੇ, ਕਿਆ ਬਾਤ ਹੈ, ਜੁਟਾ ਮਾਮਾ ਸਾਹਿਬ ਨਾਲ ਕਈ ਸਾਲ ਹਿੰਦੁਸਤਾਨ ਦੀ ਧਰਤੀ 'ਤੇ ਜਦੋਂ ਤੇ ਸੇਵਾ ਕੀਤੀ ਹੈ। ਸਲਾਮ ਬਹੁਤੀਆਂ ਗੱਲਾਂ ਨਹੀਂ ਕਰਨੀਆਂ, ਮੈਂ ਬੇਨਤੀ ਕਰਾਂਗਾ ਪਾਪਾ ਲਸਾੜਾ ਸਾਹਿਬ ਜੋ ਕਿ ਯੂਕੇ ਦੀ ਧਰਤੀ ਦੇ ਵਾਰਸ ਹੋ ਚੁੱਕੇ ਨੇ, ਮੈਨੂੰ ਉਹ ਸਮਾਂ ਯਾਦ ਹੈ ਕਿ ਜਦੋਂ ਇਟਲੀ ਦੇ ਵਿੱਚ ਕੋਈ ਕੋਈ ਵਰਗਾ ਵਰਗਾ ਕਲਾਕਾਰ ਹੋਇਆ ਕਰਦਾ ਸੀ, ਉਸ ਟਾਈਮ ਤੋਂ ਭਾਵੇਂ ਕੋਈ ਜਾਗਰਣ ਹੋਵੇ, ਭਾਵੇਂ ਕੋਈ ਸੱਭਿਆਚਾਰਕ ਮੇਲਾ ਹੋਵੇ, ਕੋਈ ਵੀ ਪ੍ਰੋਗਰਾਮ ਹੋਵੇ, ਆਪਣੇ ਪੂਰੇ ਲਾਲ ਲਸ਼ਕਰ ਦੇ ਨਾਲ, ਚਾਹੇ ਮੈਨੂੰ ਕੋਈ ਢੋਲਕ ਵਾਲਾ ਰੋਮਾਂ ਤੋਂ ਲੈਣਾ ਪਵੇ, ਚਾਹੇ ਢੋਲ ਵਾਲਾ ਕੋਈ ਮਲਾਗੋ ਤੋਂ ਲੈਣਾ ਪਵੇ, ਚਾਹੇ ਕੋਈ ਸਟੇਜ ਐਂਟਰੀ ਗ੍ਰੇਸੀਆ ਤੋਂ ਲੈਣਾ ਪਵੇ, ਪਰ ਪੂਰੇ ਯੂਰਪ ਤੋਂ ਕਲਾਕਾਰ ਸਾਥੀ ਇਕੱਠੇ ਕਰਕੇ ਆਪਣਾ ਪ੍ਰੋਗਰਾਮ ਜ਼ਰੂਰ ਜਮਾਉਂਦੇ ਸੀ। ਮੈਨੂੰ ਯਾਦ ਆ ਅੱਜ ਤੋਂ 8 ਸਾਲ ਪਹਿਲਾਂ ਗ੍ਰੇਸੀਆ ਦੇ ਵਿੱਚ ਮੰਦਰ ਬਣਿਆ ਸਾਡੇ, ਉਸ ਮੰਦਰ ਦਾ ਪਹਿਲਾ ਜਾਗਰਣ ਹੈ ਜਿਹੜਾ ਅਮਰ ਸੜੇ ਸਾਹਿਬ ਨੇ, ਅੱਜ ਬੇਸ਼ੱਕ ਇੰਗਲੈਂਡ ਦੀ ਧਰਤੀ 'ਤੇ ਜਾ ਕੇ ਬਰਾਮਦ ਹੋ ਚੁੱਕੇ ਨੇ, ਜਿਹਨਾਂ ਨੇ ਜਗ ਐਟੀਚਿਊਡ ਔਰ ਚਾਹਨਾ ਜਜ਼ਬਾ ਢੋਲਣ ਵਾਲੀਆਂ ਕੈਸਟਾਂ ਸ਼ਰੋਤੇ ਦੀ ਝੋਲੀ ਦੇ ਵਿੱਚ ਪਾਈਆਂ। ਸੋ ਮੈਂ ਬੇਨਤੀ ਕਰਾਂਗਾ ਪਵਾ ਲਸਾਣੀਆ ਸਾਹਿਬ ਸਟੇਜ 'ਤੇ ਤਸ਼ਰੀਫ ਫਰਮਾਨ ਹੋਣ ਔਰ ਆਪਣੀ ਗਾਇਕੀ ਦਾ ਗੁਜ਼ਾਰਾ ਤੁਹਾਡੇ ਰੂਬਰੂ ਆਵਾਜ਼ ਦੇ ਜਾ ਰਹੇ ਮੇਰੇ ਨਾਲ ਪਵਾ ਲਸਾਣੀਆ। ਸਾਡਾ ਕਿਆ ਬਾਤ ਹੈ, ਬਹੁਤ ਹੀ ਪਿਆਰਾ ਮੇਰੇ ਦੋਸਤ ਸੋਨੀ ਦਿੰਦਾ
लो जी शुरुआत करते हैं। पंजाब की धरती से कुछ अणसुखावी घटना वापर कई कलाकार अचानक स्टेज नचते गोली दी उन्होंने लिए एक गीत मेरे वीर ने लिखा वो आपकी सब कर नजर करूंगा उस तो पहले दो लाइन भट्टी भट्टी पढ़ के लिखी आपकी नजर करूंगा गोलियां की गूंज कदे आवे ना जनाब जो बई नशियां दी जाल पट्टी जावे वे पंजाब जो ओख दे गरी पीर बा छेती छेती मुक जाए बंदी वधाई पास किथे आवे रुक जा तियां ताई मोज ਤੀਆਂ ਤਾਈ ਬੋਝ ਮਨ ਪਵੇ ਨਾ ਸਹਾਰਨਾ ਉਹ ਮੁੱਕ ਜਾਵੇ ਕੁੜੀਆਂ ਨੂੰ ਭੁੱਖਾਂ ਵਿੱਚ ਵਾਰਿਆ ਭੱਠੀ ਭਲੀ ਵਾਲੇ ਦੀ ਤੱਕ ਇਹੋ ਅਰਦਾਸ ਬਈ ਫੁੱਲਾਂ ਵਾਂਗੂ ਫੇਰ ਖਿੜੂ ਰਗਲਾ ਪੰਜਾਬ ਫੁੱਲਾਂ ਵਾਂਗੂ ਜਾਨ ਤੋਂ ਪਿਆਰੀਆਂ ਨੇ ਇੱਜ਼ਤਾਂ ਮਿੱਟੀ ਵਿੱਚ ਹੰਡ ਲਾਉਣੀਆਂ ਵਾਸਤਾ ਪੰਜਾਬੀ ਓਏ ਛੱਡ ਦੋ ਕਮਾਲੀ ਛੋੜ ਜਾਂਦਾ
ਪਾਣੀ ਆਪਣੇ ਲਈ ਤਾਂ ਰੂਹ ਲੱਗਾ ਕਹਿੰਦੇ ਇੰਗਲੈਂਡ ਦੇ ਲਾਈਨ ਘੱਟ ਜਾਂਦਾ ਇੰਗਲੈਂਡ ਦੀ ਸੀਡੀ ਜ਼ਿਆਦਾ ਜਾਂਦੀ ਹੈ ਪਰ ਇੱਥੇ ਅਗਲਾ ਮਜ਼ਾ ਆਉਂਦਾ ਕਰਨ ਦਾ ਹੋਵੇ ਵੱਖਰਾ ਹੀ ਰਾਤ ਤੱਕ ਜੀ ਲਗਾ ਕੀ ਮਿਲਿਆ ਕਾਫੀ ਕਰਕੇ ਛੁੱਟੀ ਆ ਤਰੀਕਾ ਦੀ ਕਿਆ ਬਾਬਾ ਕਿਆ ਬਾਬਾ ਮੈਂ ਮਿਲੂਗਾ
ਹਾਂਜੀ ਇਹ ਗੀਤ ਲੋਕ ਗੀਤ ਲੋਕ ਤੱਕ ਜਿਹਨੂੰ ਕਹਿੰਦੇ ਆ ਉਹ ਲਾਉਂਦਾ ਉਸ ਤੋਂ ਬਾਅਦ ਸਾਡੀ ਗੱਡੀ ਭਾਈ ਰੈਡੀ ਹੈ ਬਹੁਤ ਹੀ ਅਜੀਬ ਮੇਰਾ ਦੋਸਤ ਜੋਰਾ ਸਾਡਾ ਉਹਦੇ ਵੱਡੇ ਸਾਹਿਬ ਭਾਈ ਸਾਹਿਬ ਗੁਰਚਾਲ ਸਾਡਾ ਜਿਹਨਾਂ ਦਾ ਲਿਖਿਆ ਕੀਤਾ ਕਿਉਂਕਿ ਜੋਰਾ ਸਾਹਿਬ ਬਹੁਤ ਫੇਮਸ ਹੁੰਦਾ ਲਿਖਦਾ ਸਾਡੇ ਪਿੰਡ ਦਾ ਕੀ ਲਓ ਜੀ ਲੋਕ ਤੱਕ ਕਹਿ ਕੇ ਆਪ ਤੋਂ ਸੁਣਦਾ ਜੱਜ ਨੂੰ ਕਦੇ ਕਦੇ ਗੱਲ ਸੁਣਨੇ ਵਾਲੇ ਸਾਡੇ ਖਾਵੇ ਦੇ ਰਿਤ ਵਿੱਚ ਚੱਲਦੀਆਂ ਗੱਲਾਂ ਪਰ ਆਪਾਂ ਗੋਲੀਆਂ ਨੂੰ ਅਣਗੋਲੀਆਂ ਕਰ ਦਿੰਦੇ ਗੱਲਾਂ ਹਾਂਜੀ ਹਾਂਜੀ ਸ਼ੁਰੂ ਕਰ ਦਿੰਦੇ ਮੇਰੇ ਭਾਈ ਗੁਰਚਰਨ ਗੁਸਾਲਾ ਦਾ ਲਿਖਿਆ ਕੀ ਸੱਥ ਵਿੱਚ ਬਹਿ ਕੇ ਯਾਰ ਮਾਰ ਲਈ ਕੀ ਭੈਣ ਕਿਸੇ ਦੀ ਵਿਆਹ ਕੇ ਛੱਡਣੀ ਚੰਗੀ ਗੱਲ ਵੀ ਯਾਰ ਚੰਗੀ ਗੱਲ ਸੇਵਾ ਕਰੋ ਭਾਈ ਇੰਨੀ
ਸੇਵਾ ਪ੍ਰਵਾਨ ਕਰੋ। ਜੇ ਕੋਈ ਗੱਲ ਤੱਕ ਕੰਪੋਲ ਹੋ ਗਿਆ ਤਾਂ ਜ਼ਰੂਰ ਮੈਨੂੰ ਦੱਸ ਦਿਆ ਕਰੋ, ਕੋਈ ਫੇਸਬੁੱਕ ਅਕਾਊਂਟ ਸਾਰਿਆਂ ਕੋਲ ਹੈਗਾ, ਵਟਸਐਪ ਸਾਰਿਆਂ ਕੋਲ ਹੈਗਾ, ਜ਼ਰੂਰੀ ਦੱਸ ਦਿਆ ਕਰੋ, ਕਿਉਂਕਿ ਨਾਲ ਸੁਧਾਰਨ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਇਨਸਾਨ ਦਾਦੀ ਦਾ ਪਤਾ ਕਿਤੇ ਨੂੰ ਗਲਤੀ ਹੋ ਸਕਦੀ ਹੈ। ਇੱਕ ਵਾਰ ਫਿਰ ਤੋਂ ਸਾਡੇ ਸਾਰੀ ਆਰਗਨਾਈਜੇਸ਼ਨ ਨੂੰ, ਪੰਜਾਬ ਯੂਥ ਕਲੱਬ ਆਰਗਨਾਈਜੇਸ਼ਨ ਜਿਹਦੇ ਵਿੱਚ ਬਲਦੇਵ ਸਿੰਘ ਪੂਰੇ ਜਿੱਟਾ, ਮੈਂ ਵੀ ਇੱਥੇ ਹੁੰਦਾ ਸੀ, ਤਾਂ ਮੈਂ ਵੀ ਇਹਨਾਂ ਦੇ ਨਾਲ ਹੁੰਦਾ ਸੀ ਵਾਈਸ ਪ੍ਰੈਜ਼ੀਡੈਂਟ, ਅਤੇ ਮਹਿਮੋਹਨ ਸਿੰਘ ਖਿੰਨਾ ਭਾਅ ਜੀ, ਸਾਡੇ ਸ਼ਰਮਾ ਸਾਹਿਬ, ਕੈੜੀਆਂ ਸਾਹਿਬ ਸਾਡੇ ਸਾਰੇ, ਅਤੇ ਸਾਡੇ ਹਰਿੰਦਰ ਭਾਅ ਜੀ, ਕਿਆ ਬਾਤ ਹੈ ਜੀ, ਥੈਂਕ ਯੂ ਸਾਰਿਆਂ ਦਾ ਦਿਲੋਂ ਧੰਨਵਾਦ ਜੀ, ਫਤਿਹ ਵਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਆ ਬਾਤ ਹੈ ਜੀ, ਤਾਂ ਸਾਡੇ ਸਾਹਿਬ ਹੁਣ ਵੀ ਤੁਸੀਂ ਕਲੱਬ ਦੇ ਵਿੱਚ ਜੀ, ਨਹੀਂ ਸੀ ਨਹੀਂ ਹੁਣ ਵੀ ਹੈ, ਕਿਆ ਬਾਤ ਹੈ, ਕਿਉਂਕਿ ਮਹਾਂ ਨਾਲੋਂ ਮਾਸ ਵੀ ਹੁੰਦਾ ਹੈ ਕਰਦਾ, ਕਿਆ ਬਾਤ ਹੈ, ਬਹੁਤ ਬਹੁਤ ਤਾਲੀਆਂ ਤੁਹਾਡਾ ਸਾਰੇ, ਚੰਗੀ ਗੱਲ ਹੈ ਜੀ, ਚੰਗੀ ਗੱਲ ਹੈ, ਸੋ ਬਖੂਬੀ ਬਹੁਤ ਹੀ ਵਧੀਆ ਅੰਦਾਜ਼ ਦੇ ਵਿੱਚ ਹਾਜ਼ਰੀ ਲਗਾਈ ਹੈ। ਸੋ ਇੰਤਜ਼ਾਰ ਦੇ ਘੜੀਆਂ ਖਤਮ ਹੋ ਚੁੱਕੀਆਂ ਨੇ, ਕਿਉਂਕਿ ਕਹਿ ਕੇ ਨਹੀਂ ਸੁਣਾ ਸਕੇ, ਦਿਲ ਬੇਕਰਾਰ ਹੈ, ਨਿਗਾਹੇ ਟਿਕਾਣੀ ਹੈ ਆਪਕੀ, ਕਿ ਆਪਕੋ ਦਿਲ ਹਦੀ ਕੀ ਆਵਾਜ਼ ਕਹਿੰਦਾ ਹੈ। ਸੋ ਜਿਸ ਤਰ੍ਹਾਂ ਕਹਿੰਦੇ ਕਦੋਂ ਵੀ ਗਾਇਆ, ਕਿਤੇ ਵੀ ਗਾਇਆ, ਉਹ ਗਾਇਆ ਕਿ ਜਿਸ ਨੂੰ ਆਪਾਂ ਆਪਣੇ ਪੂਰੇ ਪਰਿਵਾਰ ਦੇ ਵਿੱਚ ਬੈਠ ਕੇ ਵੇਖ ਸਕੀਏ ਅਤੇ ਸੁਣ ਸਕੀਏ। ਜੇਕਰ ਪੰਜਾਬ ਦੀ ਗੱਲ ਕੀਤੀ ਹੈ ਤਾਂ ਇਹ ਕਿਹਾ ਕਿ ਲੱਤਾਂ ਰਹਿਗੀਆਂ ਪਾਕਿਸਤਾਨ ਦੇ ਫਿਰ ਬੇਟਾ ਹਰਿਆਣੇ ਨੂੰ, ਮੈਂ ਤੁਹਾਡਾ ਸ਼ੁਕਰਗੁਜ਼ਾਰ ਹਾਂ। ਸਭ ਤੋਂ ਪਹਿਲਾਂ ਤਾਂ ਮੈਂ ਜਿਹੜੇ ਯੂਥ
ਕਲੱਬ ਆਫ ਆਰਗਨਾਈਜੇਸ਼ਨ ਰਵੀਰ ਸਾਰੇ ਉਹਨਾਂ ਦਾ ਸਰਦਾਰ ਬਲਦੇਵ ਸਿੰਘ ਜੀ ਮੂਰੇ ਜਿੱਦਾਂ ਪ੍ਰਧਾਨ ਸਾਹਿਬ ਚੇਅਰਮੈਨ ਸਾਹਿਬ ਜਸਵੀਰ ਖਾਨ ਚੇੜੀਆਂ ਸਰਪੰਚ ਮੋਹਨ ਸਿੰਘ ਜੀ ਖੇਲਵਾ ਸਾਹਿਬ ਅਨੰਤ ਕੁਮਾਰ ਜੀ ਜਿਹੜੇ ਬੈਠੇ ਨੇ ਸ਼ਰਮਾ ਜੀ ਪ੍ਰੋਪਰਟੀ ਦਾ ਕੰਮ ਕਰਦੇ ਨੇ ਬਾਈ ਜੀ ਹੋਣੀ ਰਣਜੀਤ ਸਿੰਘ ਗੀਤਪਾਲ ਤੁਹਾਡਾ ਸਭ ਦਾ ਸ਼ੁਕਰ ਗੁਜ਼ਾਰ ਹਾਂ ਤੁਸੀਂ ਮੇਰੇ ਗੀਤਾਂ ਨੂੰ ਮਾਂ ਦੀ ਨਿੱਘੀ ਰੋਈ ਮੈਂ ਪਿਆਰ ਦਿੱਤਾ ਹੈ ਪੰਮਾ ਗੀਤ ਹੋਵੇ ਕਈ ਅਤੇ ਵੀਰ ਰਮਾਲ ਦਿੱਲੀ ਦੇ ਲਾਹੌਰ ਦਾ ਹੋਰ ਅਨੇਕਾਂ ਗੀਤਾਂ ਨੂੰ ਸੋ ਜੁਗ ਜੁਗ ਜੀ ਮੈਂ ਮਾਤਾ ਮਾਨ ਪੰਜਾਬੀ ਬੋਲੀ ਦਾ ਸੋ ਮੈਂ ਸਾਰੀ ਕਮੇਟੀ ਦਾ ਧੰਨਵਾਦੀ ਹੈ ਮੈਟੀ ਵਿੱਚ ਪਹਿਲੀ ਵਾਰ ਹੈ ਤਾੜੀ ਆਪਣੇ ਨਾਮ ਦੇ ਨਾਲ ਸੋ ਕੀਬੋਰਡ ਤੋਂ ਥੋੜ੍ਹਾ ਜਿਹਾ ਉਹ
ਇੰਜੀ ਕਰਦੇ ਕੁਸ਼ਤੀਆਂ ਵਿੱਚ ਪਿੰਡਾਂ ਪਿੰਡ ਵੀ ਹੁੰਦੇ ਆ ਵੱਡੇ ਵੀ ਸਕਦੇ ਆ ਆਪਣਾ ਕਰਦੇ ਪ੍ਰੋਗਰਾਮ ਸੋ ਕੋਸ਼ਿਸ਼ ਕਰਨੀ ਪਰ ਬੂਝ ਘੱਟ ਹੋਵੇ ਸਾਊਂਡ ਬੇ ਬਟ ਬਹੁਤ ਠੀਕ ਹੈ ਸੋ ਹਾਂਜੀ ਮਿੱਤਰ ਵੀ ਆਪਣਾ ਫਾਊਂਡੇਸ਼ਨ ਹੈ ਵੀ ਪੰਜਾਬੀ ਬੰਦਾ ਕੌਣ ਹੁੰਦਾ ਉਹਦਾ ਤੁਰਦਾ ਸੁਣਾਏ ਵੱਖਰਾ ਉਹਦੀ ਮੁੱਛਦਾ ਸੁਣਾਏ ਵੱਖਰਾ ਉਹਦਾ ਖਾਣਾ ਵੱਖਰਾ ਪਹਿਰਾਵਾ ਵੱਖਰਾ ਉਸਨੇ ਦਾ ਸੁਣਾਏ ਵੱਖਰਾ ਸਭ ਪੰਜਾਬੀ ਬੰਦੇ ਦੀ ਪਛਾਣ ਵੀ ਪੰਜਾਬੀ ਬੰਦਾ ਕੀ ਹੁੰਦਾ ਹੈ ਤੁਹਾਡੇ ਕਰਨ ਲੱਗੇ ਬੇਸ਼ਕ ਇਹ ਪੰਜਾਬ ਉਹ ਪੰਜਾਬੀ ਹੁੰਦਾ ਜਿਹਦੇ ਚਾਹ ਚੀਜ਼ਾਂ ਹੁੰਦੀਆਂ ਸੋ 13ਵਾਂ ਅਮਰ ਸਿੰਘ ਸ਼ੌਕੀ ਮੇਲਾ ਉਹ ਬਜ਼ੁਰਗ ਸਾਡੇ ਬਾਬੇ ਇੱਕ ਸ਼ੌਕੀ ਸਾਹਿਬ ਦੇ ਨਾਲ ਤੁਹਾਡੀ ਨੌਕਰੀ ਜ਼ਰੂਰ ਉਹਨਾਂ ਨੇ ਇੰਨਾ ਗਾਇਆ ਇਹਦੀ ਸਾਡੀ ਸਾਰੇ ਸਮਾਜ ਦੀ ਸਾਡੇ ਸੱਭਿਆਚਾਰ ਦੀ ਸੇਵਾ ਕੀਤੀ ਹੈ ਸੋ ਪੰਜਾਬੀ ਬੰਦਾ
ਹਿੰਦੁਸਤਾਨ ਤੇ ਪਾਕਿਸਤਾਨ ਦਾ ਬਾਰਡਰ ਦੋ ਬਜ਼ੁਰਗ ਨੀਤਾ ਤੇ ਗੁਸਤਾਖ ਹਨ। ਅੱਜ ਇੱਥੇ ਵੀ ਸ਼ਰਮਾ ਜੀ ਦੱਸ ਰਹੇ ਸੀ, ਕੱਲ੍ਹ ਅਸੀਂ ਗੱਡੀ 'ਚ ਬੈਠੇ ਚਾਰ ਜਾਣੇ, ਸ਼ਰਮਾ ਜੀ ਮੈਂ ਬੈਠਾ, ਖਾਨ ਸਾਹਿਬ ਬੈਠੇ ਹੈ, ਮੈਂ ਕਹਿੰਦੀ ਅਸਲ ਤਾਂ ਆਹ ਪੰਜਾਬ ਆਈ ਸਾਰੇ ਧਰਮਾਂ ਦੇ ਲੋਕ ਇੱਥੇ ਦੱਸ ਖੇਡ ਰਹੇ। ਸੋ ਇਹ ਗੱਲ ਨੀਤਾ ਤੇ ਗੁਸਤਾਖ ਹਨ। 1947 ਵਿੱਚ ਦੇ ਕੀ ਗੱਲਾਂ ਕਰਦੇ ਹੈ ਮੱਖਣ ਬਰਾੜ ਸਾਹਿਬ ਦੀ ਕੱਲ ਕੰਡਿਆ ਵਾਲੀ ਤਾਰ ਦੇ ਵਿੱਚ ਦੀ ਪਾਕਿਸਤਾਨ ਵਾਲੇ ਪਾਸੇ ਮੱਲ 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 ਕਿਵੇਂ ਜਾਂਦੀ ਹੈ, ਦੱਸੀ ਵੀ ਕੋਕਰੀ ਵਾਲੇ ਡੰਡਾ ਲੱਗਦੀ ਹੈ ਕੀ ਕਹਿੰਦੇ।
Oh,
ਦੋ ਗੱਲਾਂ ਕਿਹੜੀ
जिंदगी जरा खुल के पढ़ गए नी चा तुड़ती मेरे ने मूह नेरी कर देनी ते पर टोकरी को है दी नी मेरे सिर पे डर देनी नी मेरे सिर पे डर देनी नी मेरे सिर पे डर देनी फिर आप बेटे की कहती है कि मेरी मां मेरे माए कहती है तुसी कुड़ी क्यों मरते हो नी तुसी कुड़ी क्यों मरते हो नी तुसी मगरों ले जो नी आप मुंडे नो खा ले जो नी तुसी पासे बह जो नी नी तुसी पासे बह जो नी एक बारी पहले मैं चप लिया तो नफानी ते फिर वीरन मेरे ने ते चक लिया के दफानी चक लिया के दफानी अब इसमें भाई जी मेरे तैनू मुड़ के मार सिटू ते तेरा मत दूंगा तानी जे मुड़ के लाया ते तेरा पट तू चाहता नी तेरा पट तू चाहता नी एक बारी पहले मैं दो कुत्ता कहिया सी ते फिर चाचे मेरे ने ते दो कंध ते चढ़ गया सी दो कंध ते चढ़ गया सी मैं वरी बनाई सी ये तू चंगा सी साथी व्याह कुत्ते कुत्ती दा आपा ने कीता सी आपा ने कीता सी फिर मी दी खातर नी ओ फिर मी दी खातर नी ओ कुत्ती फूकी सी वैर की ने असली सी ते कुत्ती ता सूती सी गुड्डी ता सुती सी मक्खन ब्रांड की पत्ती पिंड के बाल में खंभिया की पत्ती पाई दी है मिल्की वो पत्ती मिल्की की ओ वो पत्ती मिल्की की एक तो दूर तो पेदा सी एक दी बरक तेनू अजा के खड़ खड़ देता सी फिर उड़दिया चिड़िया कोई बाज पै गया नी ते जो मापिया टोल दिता ते सानू ब्याह के ले गया नी ते सानू ब्याह के ले गया नी मैं भैन हां मखण दी मैं भैन हां मखण दी जेड़ा मलकिया वाला नी ओ लिखदा गीत बड़े ते पर ढंग ने ना लानी पर ढंग ने ना लानी ਮੈਂ ਸ਼ੁਰੂ ਕਰਾਂ ਤੁਸੀਂ ਵਜੇ ਪਹੁੰਚ ਲਈ ਜੀ ਗਾਣੇ ਸੁਣ ਲਓ ਲੋਕ ਕਹਿੰਦੇ ਲੋਕ ਫਰਕਾ ਦਰ ਕੇ ਜਿਹੜੇ ਪਰਨੇ ਇਹ ਗੱਲਾਂ ਤੁਸੀਂ ਤੁਹਾਡੀ ਤੁਹਾਡੀਆਂ ਗੱਲਾਂ ਤੁਹਾਡੇ ਤੇ ਕਰਾ ਜਾਂਦੀਆਂ ਸੋ ਅਗਲਾ ਗੀਤ ਮੈਂ ਤੁਹਾਡੇ ਤੇ ਕਰਨ ਲੱਗਿਆ ਸਾਡੇ ਉਧਰ ਕੈਨੇਡਾ ਵਿੱਚ ਟਰੱਕ ਡਰਾਈਵਰ ਮੇਰੇ ਭਰਾ ਇੱਥੇ ਮੇਰੇ ਚਲਾਉਂਦੇ ਹੋਣੇ ਹੈਗੇ ਭਾਈ ਟਰੱਕ ਵਾਲੇ ਕੋਈ ਵੈਰੀ ਗੁੱਡ ਦੱਸ ਵੇ ਆਪਣੇ ਕਰਦੇ ਬਈ ਹੋਣੇ ਅੱਛਾ ਅੱਛਾ ਕੀ ਆਵਾ ਟਰਾਂਸਪੋਰਟ ਹੈ ਨਾ ਸੋ ਆ ਸਮਝ ਲਓ ਮੇਰਾ ਪ੍ਰਾਕੀ ਹੈ ਮੈਂ ਡਰਾਈਵਰ ਸਟੀਅਰ ਗਿਆ ਤੇ ਗੇਅਰ ਪਾਉਣ ਲੱਗੇ ਆ ਬਾਬਾ ਜੀ ਕਿਸੇ ਡਰਾਈਵਰ ਨੂੰ ਕਦੇ ਤੱਤੀ ਮਾਰ ਲੱਗੀ ਜੇ ਡਰਾਈਵਰ ਭੱਜ ਗਿਆ ਸਮਝ ਲਓ ਸਾਰੇ ਭੱਜ ਗਏ ਅੱਜ ਕੱਲ੍ਹ ਗੱਡੀ ਸਾਰੇ ਚਲਾਉਂਦੇ ਨੇ ਪੈਣਾ ਵੀ ਚਲਾਉਣੀ ਹੈ ਜੇ ਡਰਾਈਵਰ ਸੇਫ ਆ ਸਮਝ ਲਓ ਸਾਰੇ ਸੇਫ ਸੋ ਕਿਹੋ ਜਿਹੀ ਗੀਤ ਤੁਹਾਡੇ ਦਿਲ ਲੱਗੇ ਬਾਬਾ ਜੀ ਕਿਸੇ ਡਰਾਈਵਰ ਨੂੰ ਤੱਤੀ ਮਾਰ ਲੱਗੇ ਗੇਅਰ ਪਾ ਗਿਆ ਪਰ ਆਟੋ ਬੈਠ ਗਿਆ ਫਿਰ ਵੀ ਤਾਂ ਗੇਅਰ ਸਾਹਿਬ ਠੀਕ ਹੁੰਦਾ ਹੋ ਜਾਣ ਡਰਾਈਵਰ ਗੱਡੀਆਂ ਉਤਾਰੇ ਮੇਰਾ ਵੀਰ ਉਹਨਾਂ ਦਾ ਗੀਤ ਤੁਸੀਂ ਬੜੀ ਜਲਦੀ ਰਿਕਾਰਡ ਕਰਵਾ ਰਹੇ ਆ ਤੁਹਾਡੇ ਕੋਈ ਨਾਮ ਹੈ ਗਾਣੇ ਜੁੜ ਗਏ ਜਾਂ ਗਿੰਦੂ ਜੀ
ਲਿਖਿਆ ਸੀ ਸਰਬੰਸ ਦਾਨੀਆਂ ਨੇ ਜਿਹੜਾ ਕੌਣ ਦੇਊਗਾ ਤੇਰਾ
ਪੰਜਾਬੀ ਜ਼ਬਾਨੀ ਦੇ ਕਾਨੇ ਦੇ ਦੇਖ ਕੇ ਫਿੱਕੀ ਪੈ ਗਈ ਚਿਹਰੇ ਦੀ ਬਹਾਰ ਮੀਡੀਆ ਖਿਡਾਰੀ ਫਿਰੇ ਬੋਲੇ ਵੀ ਕਾਫੀ ਇਹਨੇ ਤੇਰਾ ਲਾਲ ਸ਼ਿਕਾਰ ਮੇਰੇ
ਜ਼ਰੂਰ ਲਾਇਆ ਕਰਦੇ ਭਰਾ ਜੁਗ ਜੁਗ ਜੀ ਮੈਂ ਮਾਂ ਮਾਤਾ ਪੰਜਾਬੀ ਬੋਲੀ ਦਾ ਵਾਕਈ ਗਿਲ ਹਦੀਬ ਸਾਹਿਬ ਕਿਆ ਬਾਤ ਹੈ ਕਹਿੰਦੇ ਨੇ ਸਭ ਦੀ ਸਾਂਝੀ ਇੱਜ਼ਤ ਹੁੰਦੀਆਂ ਧੀਆਂ ਪਿੰਡ ਦੀਆਂ ਇਹਨਾਂ ਬੱਚਿਆਂ ਦੇ ਨਾਲ ਸੋਧੀਆਂ ਲੋਕੋ ਵੀਹਾਂ ਪਿੰਡ ਦੀਆਂ ਵਧੇ ਫੁੱਲੇ ਪਿੰਡ ਸਾਡਾ ਰੱਬ ਤੋਂ ਮੰਗਦੀਆਂ ਬੁੱਢੀਆਂ ਮਾਵਾਂ ਪਿੰਡਾਂ ਦੀ ਰੌਣਕ ਹੁੰਦੇ ਨੇ ਸੱਤ ਬਾਬੇ ਮੋੜ ਦੀਆਂ ਛਾਵਾਂ ਐਸੀ ਹੀ ਆਵਾਜ਼ ਪੰਜਾਬ ਦੀ ਆਵਾਜ਼ ਹੈ ਜੋ ਅੱਜ ਤੁਹਾਡੇ ਰੂਬਰੂ ਹੋਈ ਹੈ ਵਾਕਈ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਵਿਚਕਾਰ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਸੀ ਇਕਬਾਲ ਕੌਰ ਖੇਲਾ ਜੀ ਆਵਾਜ਼ ਅਸਤਰੀਆ ਦੇ ਸੀਓ ਸਾਹਿਬ ਸਾਡੇ ਵਿਚਕਾਰ ਵਿਰਾਜਮਾਨ ਨੇ ਜੀ ਆਪਣੀ ਪੂਰੀ ਟੀਮ ਦੇ ਨਾਲ ਇਹ ਜਿਹੜਾ ਪ੍ਰੋਗਰਾਮ ਹੈ ਤੁਸੀਂ ਲਾਈਵ ਦੇਖ ਰਹੇ ਹੋ ਅਸਤਰੀਆ ਜੋ ਕਿ ਆਵਾਜ਼ ਪੰਜਾਬ ਦੀ ਚੈਨਲ ਹੈ ਉਸਦਾ ਐਪ ਹੈ ਤੁਸੀਂ ਫੋਨ ਕਰਕੇ ਵੀ ਦੱਸ ਸਕਦੇ ਹੋ ਹੁਣੇ ਵੀ ਲਾਈਵ ਚੱਲ ਰਿਹਾ ਕਿਤੇ ਵੀ ਦੱਸ ਸਕਦੇ ਹੋ ਇੰਡੀਆ ਦੇ ਵਿੱਚ ਦੱਸ ਸਕਦੇ ਪੂਰੇ ਵਰਲਡ ਦੇ ਵਿੱਚ ਲਾਈਵ ਜੋ ਪ੍ਰੋਗਰਾਮ ਹੈ ਦਿਖਾਇਆ ਜਾ ਰਿਹਾ ਹੈ ਅੱਗੇ ਵਾਸਤੇ ਵੀ ਇਹ ਐਪ ਹੈ ਜਿਹੜਾ ਤੁਸੀਂ ਡਾਊਨਲੋਡ ਕਰ ਸਕਦੇ ਹੋ ਸਰੋ ਦੁਆਰਾ ਫਿਰ ਤੁਹਾਡੇ ਰੂਬਰੂ ਕੇ ਹੁੰਦੀ ਸੀ ਹਾਂਜੀ ਭਾਈ ਜੀ ਹਾਂਜੀ ਫਿਰ ਨਾ ਫਿਰ ਵਾਪਸ ਕੇ ਹੁਣੇ ਆਓ ਕੋਈ ਨਾ ਕੋਈ ਗੱਲ ਨਹੀਂ ਮੇਰੇ ਹੁਣੇ ਆ ਜਾਓ ਸਰਦਾਰ ਜੀ ਦਾ ਨਾਮ ਹੈ ਤੁਹਾਡੇ ਨਾਲ ਮੇਰੇ ਵੀਰਾਂ ਦੇ ਨਾਲ ਦਿੱਲੀ ਦਾ ਇਹੋ ਜਿਹੇ ਮੌਲ ਤੁਸੀਂ ਇਹੋ ਜਿਹੇ ਫਿਰ ਸੈਡ ਤੋਂ ਸੈਡ ਤੱਕ ਤੁਸੀਂ ਆਪਣਾ ਆਪਦੇ ਵਿਸ਼ਾ ਪੰਜਾਬ ਦਾ ਦੋ ਮੁਲਕ ਦੀ ਵੰਡ ਨਹੀਂ ਹੋਈ ਅਸਲ ਚ ਪੰਜਾਬ ਵੰਡਿਆ ਗਿਆ ਹੋਰ ਕਿਸੇ ਬਾਅਦ ਸਾਡੇ ਨਾਲ ਸਾਨੂੰ ਬਾਅਦ ਆਇਆ ਪਰ ਪੰਜਾਬ ਵਾਲੇ ਕੋਲ ਨਾ ਪੰਜਾਬ ਨੂੰ ਸੋ ਮਿੱਤਰਾਂ ਦੀ ਫਰਮਾਇਸ਼ ਇਕਲੀ ਵਾਲੇ ਭਾਵਾਂ ਦੀ ਇੱਕ ਸਾਈਟ ਤੋਂ ਅੱਖਰੇ ਕੋਲ ਵਿਜ਼ਿਟ ਕਰਦਾ ਹੈ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਮੇਲਾ ਜੇ ਹੋਇਆ ਮੈਂ ਪੱਟੀ ਭੜੀਵਾਲ ਸਾਹਿਬ ਜਿਹੜੇ ਕਈ ਘਰਾਂ ਦੇ ਉਹਨਾਂ ਨੇ ਕਿਉਂਕਿ ਮੈਂ ਪਹਿਲੀ ਵਾਰ ਇੱਥੇ ਆਇਆ ਬਲਦੇਵ ਸਿੰਘ ਪੂਰੇ ਨੇ ਤਾਂ ਸਾਰਾ ਫੋਨ ਕਿਹਾ ਫਿਰ ਤੋਂ ਤੁਹਾਡੇ ਦਰਸ਼ਨ ਹੋਏ ਹੈ ਇਸ ਕਰਕੇ ਇੱਥੇ ਪਹੁੰਚੇ ਹੈ ਮੈਂ ਪੱਟੀ ਭੜੀ ਸਾਹਿਬ ਪੰਜਾਬ ਬੈਠੇ ਨੂੰ ਯਾਦ ਕਰਦੇ ਸਰ ਬਹੁਤ ਸੋ ਦਿੱਲੀ ਮਿਲਾਓ ਤੁਹਾਡੇ ਨਾਲ ਮਿਹਰਬਾਨੀ
Ah!
ਗੱਲਾਂ ਹਜੇ ਵੀ ਨਾ ਸੁਣ ਲੈ ਚੱਪਾ ਚੱਪਾ ਧਰਤੀ ਮਾਤਾ ਕਾ ਪਿੰਡਾ ਜਹਰੀਲਾ ਜਿਹੜੇ ਘਰ ਪੈਰ ਤੋਂ ਵੀ ਇਹ
ਹੁੰਦਾ ਜੇ ਉਦਾਪ ਦਿੰਦੇ ਤੇਰਾ ਤੇ ਮੇਰਾ ਹੈ ਹੁੰਦਾ ਜੇ ਉਦਾਪ ਦਿੰਦੇ ਤੇਰਾ ਤੇ ਮੇਰਾ ਕਰ Thank you.
ਦੂਜਾ ਸਟੈਂਡ ਵਿੱਚ ਇੱਧਰ ਆ ਜਾ ਮੁੰਡੇ ਮਾਂ ਕਾ ਅੱਖ ਤੱਕ ਮਿਲੀ ਰਹੇ ਮੇਰੀ ਇੰਟਰ ਜਾਂ ਸੈਟ ਆਉਂਦਾ
ਸਰੋਤਿਆਂ ਨੂੰ ਯਾਦ ਰੱਖਣਾ ਗਾਵਾਂਗੇ ਜ਼ਰੂਰ ਕਿਉਂਕਿ ਇਹਨਾਂ ਦੇ ਗੀਤ ਬੜੇ ਮਕਬੂਲ ਗੀਤ ਹੋਏ ਜਿਹਨਾਂ ਨੇ
हर एक पंजाबी गबरू के दिल से कर दिया क्योंकि माड़ा सोचण बोचना भी मेरे पुत पंजाबियों के और मावा ठिठिया शाला ने के बापू रुख पंजाबियों के और यारी जान पंजाबियों की वैर भी मशहूर पंजाबियों का चा पुछड़ी दुश्मन न राखी करते हुए मां बोली की सेवा करते हुए मां बोली जिंदा रखते हुए अज तेरवा शौकी मेला पंजाब यूथ क्लब और दिल्ली वालों ये पंजाबी मां बोली की सेवा है जेकर आप चाहते हैं कि जुड़ा तो मां बोली की सेवा करनी पड़ी है जे मां बोली खत्म हो गई मुबारक है इस क्लब मेहरबानी तो साकार अजीत सिंह कंग साहब विकी बटाला जी त्यागत इंटरेस्टिंग दुनिया तो पहुंचे ने सबर अली साहब और लवप्रीत वर्मा तो सतविंदर डिकर साहब वो भी साकार विराजमान हो जी आप सारे शख्सियतों में जी आते हैं कुछ सम्मान की रस्म है कर दी थोड़ी जी सर जिम्मे थोड़ी इच्छा है तेरे अगे काम सुनते हैं सॉरी मैं प्रबंधक कमेटी को माफी चाहता गल यह है भाई इंजन है जो हम पोलिया वाला वो गर्म करना पता हूँ फिर जो ठंडा हो जाए वो फिर उठा भी उठा हाथ गर्म हो जाए बड़ी मेहरबानी थोड़ा प्यार थोड़ी मामा मेरे वीर नाम दस्ती है की नाम मेरे को लगा कहते हाणी गीत मेरा आया ये अपने सारे प्रदेशियों की कहानी है सारी ये एक 25-30 साल बाद बंदा है इलीगल ढंग का बाहर आ गया आने उदे आना पैदा मजबूर है सीधा नागरा वो प्रवेश है तो जो पिंड बूहा खुलता करता 25 साल बाद सारे यार दोस्त बदल गए विहे गए कोई पीसवी लग गया कोई पटवारी लग गया कोई किधर गए वो जो बूहा गड्डी चो टैक्सी चो करता मेरा गाना खोल रहा है शहर च बसते हो लोग भी मेरा पिंड गुआच गया दूजा पैर दर्द मतो सुन दिल बिच बसते पिंड दी दर्द के
ਲਗਦਾ ਜੋ ਰਣਜੀਤ ਦੇ ਮਗਰੋਂ ਸਿੰਘ ਗੁਆਚ ਗਿਆ ਜੇ ਸ਼ਹਿਰ ਚ ਬਸ ਜੋ ਯਾਰਾਂ ਨਾਲ ਨਜ਼ਾਰੇ
ਜਿਹੜਾ ਆਪਣਾ ਬਿਜਨਸ ਸਟੈਪ ਕੀਤਾ ਪਰਵਾਦਵਾ ਜਿਹੜਾ
ਪਲੀਜ਼ ਸਟੇਜ ਮਾਨੀ ਕਰਦੇ ਸਾਰੇ ਥੈਂਕ ਯੂ ਮਿਹਰਬਾਨੀ ਬੜੀ ਕਿਆ ਬਾਤ ਹੈ ਬਾਕੀ ਬਹੁਤ ਬੁਲੰਦ ਨੇ ਬੁਲੰਦ ਆਵਾਜ਼ ਦੇ ਮਾਲਿਕ ਗੁਰਵਿੰਦਰ ਦੇਵ ਸਾਹਿਬ ਬਹੁਤ ਵਧੀਆ ਹਾਜ਼ਰੀ ਲਗਾਈ ਹੈ ਸੋ ਮੈਂ ਬੇਨਤੀ ਕਰਾਂਗਾ ਪਲੀਜ਼ ਦੋਨੋਂ ਹੱਥ ਜੋੜ ਕੇ ਬੇਨਤੀ ਹੈ ਸਟੇਜ ਖਾਲੀ ਕਰ ਦਿਓ ਪਲੀਜ਼ ਸਾਰੇ ਸਾਰੀ ਸਟੇਜ ਖਾਲੀ ਕਰ ਦਿਓ ਕੁਛ ਰਸਮਾਂ ਨੇ ਥੋੜ੍ਹੀ ਜਿਹੀ ਕਰਨੀਆਂ ਨੇ ਪਲੀਜ਼ ਕਿਆ ਬਾਤ ਹੈ ਬੜਾ ਇੰਜੋਏ ਬੜਾ ਵਧੀਆ ਪ੍ਰੋਗਰਾਮ ਆਪਾਂ ਕਿਉਂਕਿ ਸਾਡਾ ਆਪਣਾ ਪ੍ਰੋਗਰਾਮ ਹੈ ਸਾਰੇ ਮਿਲ ਕੇ ਇਸ ਪ੍ਰੋਗਰਾਮ ਨੂੰ ਸਿਰੇ ਚਾੜਨਾ ਹੈ ਠੀਕ ਸੋ ਮੈਂ ਬੇਨਤੀ ਕਰਨਾ ਪਲੀਜ਼ ਸਟੇਜ ਖਾਲੀ ਕਰ ਦਿਓ ਸਾਰੇ ਜਿੰਨੀਆਂ ਵੀ ਮਾਇਦਾ ਦੱਸਦੀਆਂ ਤਸ਼ਰੀਫ ਪ੍ਰਮਾਨ ਨੇ ਸਟੇਜ 'ਤੇ ਕਿਰਪਾ ਕਰਕੇ ਤਸ਼ਰੀਫ ਨੂੰ ਕੁਰਸੀਆਂ 'ਤੇ ਲੈ ਕੇ ਜਾਓ ਤਾਂ ਕਿ ਜਿਹਨਾਂ ਦਾ ਨਾਮ ਅਨਾਊਂਸ ਕਰਕੇ ਪਲੀਜ਼ ਹੋਈ ਸਟੇਜ 'ਤੇ ਪਹੁੰਚਣੇ ਬੜੀ ਮਿਹਰਬਾਨੀ ਤੁਹਾਡੀ ਸਾਡੇ ਗਿੱਧਾ ਸਾਹਿਬ ਨੇ ਲੇਟ ਆਏ ਆ ਉਹਨੇ ਕੀ ਗੱਲ ਹੈ ਬਹੁਤ ਲੇਟ ਪਹੁੰਚੇ ਆ ਲੇਟ ਫੀਸ ਲੱਗਣੀ ਹੈ ਸੋ ਬੱਬੂ ਜਵੰਦਰੀ ਸਾਹਿਬ ਨੂੰ ਵੀ ਸਾਡੇ ਵਿਚਕਾਰ ਪਹੁੰਚੇ ਨੇ ਜੀ ਥੈਂਕ ਯੂ ਜੀ ਮਿਹਰਬਾਨੀ ਔਰ ਸਾਡੇ ਹਰਜੀਤ ਖਾਨ ਸਾਹਿਬ ਵਿਕੀ ਬਟਾਲਾ ਜੀ ਰਸਤੀ ਦੁਨੀਆ ਤੋਂ ਬਲਜੀਤ ਸਿੰਘ ਜੀ ਚੀਮਾ ਸਾਹਿਬ
ਬਲਜੀਤ ਸਿੰਘ ਚੀਮਾ ਸਾਹਿਬ ਉਹਨਾਂ ਦਾ ਸਨਮਾਨ ਜੋ ਕਿ ਸਾਡੇ ਮੇਨ ਸਪੋਂਸਰ ਨੇ ਇਸ ਮੇਲੇ ਨੂੰ ਜੋ ਕਿ ਸਪੋਂਸਰ ਕਰ ਰਹੇ ਨੇ ਬਲਜੀਤ ਚੀਮਾ ਸਾਹਿਬ ਕਿਆ ਬਾਤ ਹੈ ਜੀ ਜ਼ੋਰਦਾਰ ਤਾਲੀ ਇੱਕ ਵਾਰ ਚੀਮਾ ਸਾਹਿਬ ਦੇ ਨਾਮ ਤੇ ਜ਼ੋਰਦਾਰ ਕਿਆ ਬਾਤ ਹੈ ਜੀ ਸਾਡੇ ਕਿਆ ਬਾਤ ਹੈ ਜੀ ਭਾਈ ਮਨਜੀਤ ਸਿੰਘ ਜੀ ਪੂਰੇ ਦਿੱਤਾ ਜੀ ਮੈਂ ਬੇਨਤੀ ਕਰਨਾ ਲੱਗੀ ਸਾਡਾ ਲੱਗੀ ਭਾਜੀ ਅੱਜ ਕਿਆ ਬਾਤ ਹੈ ਜੀ ਬਾਕੀ ਲੱਗੀ ਆ ਤੁਸੀਂ ਭੋਗੇ ਸੀ ਭਾਈ ਮਨਜੀਤ ਸਿੰਘ ਜੀ ਪੂਰੇ ਦਿੱਤਾ ਉਹਨਾਂ ਦਾ ਸਨਮਾਨ ਬੇਨਤੀ ਕਰਕੇ ਭਾਜੀ ਸਾਡੇ ਬਾਅਦ ਜੋ ਉਦੇਸ਼ ਸਿੰਘ ਜੀ ਪੂਰੇ ਭੰਗ ਦੇ ਭਾਈ ਸਾਹਿਬ ਸਾਡੇ ਭਾਈ ਹਰਜੀਤ ਸਿੰਘ ਜੀ ਹਰਜੀਤ ਸਿੰਘ ਜੀਤਪਾਲ ਜੀ ਪਲੀਜ਼ ਆਮ ਦੀ ਸਟੇਜ ਹਾਂ ਹਾਂ ਕਿਆ ਬਾਤ ਹੈ ਜੀ ਔਰ ਉਹਨਾਂ ਤੋਂ ਬਾਅਦ ਮੈਂ ਬੇਨਤੀ ਕਰਾਂਗਾ ਆਵਾਜ਼ ਆਸਟ੍ਰੇਲੀਆ ਦੀ ਤੋਂ ਜੋ ਕਿ ਅੱਜ ਸਾਡੇ ਵਿਚਕਾਰ ਸਪੈਸ਼ਲੀ ਤੌਰ 'ਤੇ ਪਹੁੰਚੇ ਨੇ ਜੀ ਆਵਾਜ਼ ਆਸਟ੍ਰੇਲੀਆ ਦੀ ਇਕਬਾਲ ਕੌਰ ਖੇਡਾ ਜੀ ਆਵਾਜ਼ ਕਿਆ ਬਾਤ ਹੈ ਜੀ ਜੋ ਕਿ ਆਵਾਜ਼ ਆਸਟ੍ਰੇਲੀਆ ਦੀ ਜੀ ਦੇ ਸੀਓ ਨੇ ਔਰ ਉਹਨਾਂ ਦੇ ਨਾਲ ਪਰਮਜੀਤ ਸਿੰਘ ਜੀ ਖੇਡਾ ਜੇਕਰ ਮੇਰੀ ਗੱਲ ਸੁਣਦੇ ਹਨ ਉਹਨਾਂ ਦਾ ਸਨਮਾਨ ਕੀਤਾ ਗਿਆ ਹੈ ਜੀ ਮੈਂ ਬੇਨਤੀ ਕਰਕੇ ਅਚਿਤ ਬ੍ਰਦਰ ਪਲੀਜ਼ ਚਿੰਤ ਬ੍ਰਦਰ ਰੰਗੀ ਰਾਣਾ ਨੂੰ ਪਲੀਜ਼ ਉਹਨਾਂ ਦਾ ਵੀ ਸਨਮਾਨ ਹੋ ਰਿਹਾ ਜੀ ਕਿਆ ਬਾਤ ਹੈ ਜੀ ਅਗਲਾ ਸਨਮਾਨ ਹੈ ਮਮਤਾਨੀ ਬ੍ਰਦਰਸ ਪਾਰਮਾ ਰਕੇਸ਼ ਕੁਮਾਰ ਇੱਕ ਮਿੰਟ ਜੀ ਅਚਿੰਤ ਬ੍ਰਦਰਸ ਉਹਨਾਂ ਦਾ ਵੀ ਸਨਮਾਨ ਹੋਣਾ ਜੀ ਰਕੇਸ਼ ਕੁਮਾਰ ਜੀ ਪਹੁੰਚ ਚੁੱਕੇ ਨੇ ਜੀ ਔਰ ਅਚਿੰਤ ਬ੍ਰਦਰ ਵੀ ਮੇਰੀ ਗੱਲ ਪਹੁੰਚ ਗਏ ਨੇ ਜਿਹਨਾਂ ਦਾ ਸਨਮਾਨ ਹੋ ਰਿਹਾ ਜੀ ਬਾਕੀ ਮੁਲਤਾਨੀ ਬ੍ਰਦਰ ਸੋਨੀ ਮੁਲਤਾਨੀ ਜੀ ਆ ਜੀ ਪਲੀਜ਼ ਗੁਰਮੇਲ ਸਿੰਘ ਜੀ ਭੱਟੀ ਸਾਹਿਬ ਗੁਰਮੇਲ ਸਿੰਘ ਜੀ ਭੱਟੀ ਸਾਹਿਬ ਸਾਡੇ ਸਿੱਖੀ ਜੀ ਸਿੱਖੀ ਟਾਂਡਾ ਜੀ ਪਲੀਜ਼ ਕਮ ਔਨ ਦ ਸਟੇਜ ਇਹਨਾਂ ਤੋਂ ਬਾਅਦ ਬਾਈ ਸ਼ੇਰ ਸਿੰਘ ਜੀ ਸਿੱਧੂ ਸਾਹਿਬ ਸਿੱਖੀ ਜੀ ਨੂੰ ਬੇਨਤੀ ਕਰਾਂਗਾ ਪਲੀਜ਼ ਸੇਜਿਆ ਜੀ ਸਿੱਖੀ ਜੀ ਸ਼ੇਰ ਸਿੰਘ ਜੀ ਸਿੱਧੂ ਸਾਹਿਬ ਕਿਆ ਬਾਤ ਹੈ ਜੀ ਅਗਲਾ ਬਾਈ ਸੁਖਚੈਨ ਸਿੰਘ ਜੀ ਠੀਕਰੀ ਵਾਲਾ ਅਗਲਾ ਸਨਮਾਨ ਹੈ ਜਿਹੜਾ ਬਾਈ ਸੁਖਚੈਨ ਸਿੰਘ ਜੀ ਠੀਕਰੀ ਵਾਲਾ ਪਲੀਜ਼ ਉਹ ਵੀ ਆਪਣਾ ਸਨਮਾਨ ਲਓ ਜੀ ਆਹਾ ਕਿਆ ਬਾਤ ਹੈ ਜੀ ਖਾਨ ਸਾਹਿਬ ਸੁਲਤਾਨ ਪਿਸਰੀਆ ਬਰੇਸ਼ੀਆ ਮੈਂ ਵੀ ਜਾਣਾ ਹੁਣ ਬਾਕੀ ਹੈ ਨਾ ਪੀਸਾ ਫਿਰ ਪਾਵਾਂਗੇ ਫੇਸਬੁੱਕ 'ਤੇ ਲਾਈਵ ਕਿਆ ਬਾਤ ਹੈ ਜੀ ਆਹਾ ਨਾਲ ਦੋ ਡੱਬੇ ਦੋ ਚੇ ਹਾਂਜੀ ਅਗਲਾ ਸਨਮਾਨ ਹੈ ਜੀ ਸਾਡੇ ਭਾਈ ਬਲਜਿੰਦਰ ਸਿੰਘ ਜੀ ਪੁਰੇਵਾਲ ਸਾਹਿਬ ਬਲਜਿੰਦਰ ਸਿੰਘ ਜੀ ਪੁਰੇਵਾਲ ਸਾਹਿਬ ਮਿਲਾਨ ਮਿਊਜ਼ੀਕਲ ਗਰੁੱਪ ਜੀ ਸਾਡੇ ਕਾਲਾ ਭਾਜੀ ਮੈਂ ਬੇਨਤੀ ਕਰਾਂਗਾ ਕਾਲਾ ਭਾਜੀ ਗੋਰਾ ਭਾਜੀ ਸੋਢੀ ਭਾਜੀ ਸੋਨੂ ਭਾਜੀ
ਹੈਪੀ ਭਾਜੀ ਸਾਰੇ ਭਾਜੀ ਪਲੀਜ਼ ਆ ਜਾਓ ਸਾਰੇ ਭਾਜੀ ਆ ਜਾਓ ਪਲੀਜ਼ ਬਿਲਾਲ ਮਿਊਜ਼ਿਕ ਕਰੋ ਇਹਨਾਂ ਤੋਂ ਬਾਅਦ ਪ੍ਰੀਤੀ ਕੁਰਾਇਆ ਜੀ ਜਿਹਨਾਂ ਨੇ ਕਿ ਸ਼ੁਰੂਆਤ ਦੇ ਵਿੱਚ ਮੇਲੇ ਨੂੰ ਰੌਣਕਾਂ ਲਾਈਆਂ ਨੇ ਸਾਰਾ ਹੀ ਸਾਡਾ ਬਿਲਾਲ ਮਿਊਜ਼ਿਕ ਗਰੁੱਪ ਮੈਂ ਬੇਨਤੀ ਕਰਾਂਗਾ ਸਾਡਾ ਜੱਸਾ ਵੀਰ ਵੀ ਅੱਜ ਸਵੇਰ ਦੇ ਸਾਊਂਡ ਕਰੈਕਟਰ ਬਹੁਤ ਵਧੀਆ ਹੈ ਜੱਸਾ ਸੋਢੀ ਜੀ ਕਾਲਾ ਜੀ ਗੋਰਾ ਜੀ ਆਓ ਜੀ ਸਾਰੇ ਪਲੀਜ਼ ਥੈਂਕ ਯੂ ਥੋੜ੍ਹਾ ਥੋੜ੍ਹਾ ਕੋਈ ਗੱਲ ਨਹੀਂ ਆਓ ਜੀ ਮੈਂ ਬੇਨਤੀ ਕਰਾਂਗਾ ਪ੍ਰੀਤੀ ਜੀ ਪ੍ਰੀਤੀ ਕੁਰਾਇਆ ਜੇਕਰ ਮੇਰੀ ਗੱਲ ਨੂੰ ਸੁਣਦੇ ਹੋਣ ਉਹਨਾਂ ਤੋਂ ਬਾਅਦ ਰਾਜੂ ਚੌਕਾ ਸਾਹਿਬ ਵਾਲਿਆਂ ਦਾ ਬਾਤ ਕਰਦੇ ਕੋਈ ਗੱਲ ਪ੍ਰੀਤੀ ਜੀ ਪਲੀਜ਼ ਕਮ ਔਨ ਦਾ ਸਟੇਜ ਇਟ ਇਜ਼ ਪਾਰਕ ਆਫ ਸੋ ਪ੍ਰੀਤੀ ਪ੍ਰੀਤੀ ਗੁਰਾਇਆ ਜੀ ਪਲੀਜ਼ ਸ਼ਰਮਾ ਜੀ ਪ੍ਰੀਤੀ ਗੁਰਾਇਆ ਜੀ ਮੈਂ ਬੇਨਤੀ ਕਰਾਂਗਾ ਜਿਹਨਾਂ ਨੇ ਵਾਕਿਆ ਜ਼ੋਰਦਾਰ ਤਾੜੀ ਹੈ ਪ੍ਰੀਤੀ ਜੀ ਦੇ ਲਈ ਕਿਉਂਕਿ ਬਹੁਤ ਹੀ ਬੁਲੰਦ ਆਵਾਜ਼ ਦੇ ਮਾਲਕ ਆ ਪ੍ਰੀਤੀ ਗੁਰਾਇਆ ਜੀ ਉਹਨਾਂ ਤੋਂ ਬਾਅਦ ਪੰਮਾ ਲੈ ਗਈ ਆ ਕਿਆ ਬਾਤ ਹੈ ਪੰਮਾ ਦਾ ਸਰੀਆ ਬਾਕੀ ਯਾਰਾਂ ਦਾ ਯਾਰ ਹੈ ਇਹਨਾਂ ਤੋਂ ਬਾਅਦ ਤੇਰਵਾਂ ਸ਼ੌਕੀ ਮੇਲਾ ਅੱਜ ਪੂਰੇ ਜੋਗਨਾਂ 'ਤੇ ਹੈ ਜੀ ਕਿਉਂਕਿ 13 ਸਾਲ ਹੋ ਗਏ ਨੇ ਇਸ ਮੇਲੇ ਨੂੰ ਸ਼ੁਰੂ ਹੋਇਆ ਨੂੰ ਮੁਬਾਰਕਬਾਦ ਹੈ ਪੰਜਾਬ ਯੂਥ ਕਲੱਬ ਔਰਗਨਾਈਜੇਸ਼ਨ ਇਟਲੀ ਵੱਲੋਂ ਸਾਡੇ ਪ੍ਰਧਾਨ ਸਾਹਿਬ ਦੇ ਸ੍ਰੀ ਪੂਰੇ ਗੱਟਾਂ ਜੀ ਸ੍ਰੀ ਫੰਗੜੀ ਕਣੇ ਸਾਹਿਬ ਮਾਗਟ ਸਿੰਘ ਜੀ ਪੂਰੇਵਾਲ ਸਾਹਿਬ ਮੰਗਤ ਸਿੰਘ ਜੀ ਪੁਰੇਵਾਲ ਸਾਹਿਬ ਪਲੀਜ਼ ਆ ਜਾਓ ਹੈਪੀ ਜੀ ਤੁਸੀਂ ਲੈ ਲਓ ਸਮਾਨ ਮੈਂ ਬੇਨਤੀ ਕਰਾਂਗਾ ਭਾਈ ਬਲਦੇਵ ਸਿੰਘ ਜੀ ਪੂਰੇ ਜੀ ਕਰ ਦੇ ਦਿੰਦੇ ਨਾ ਸਮਾਨ ਕਰੋ ਪਹਿਲਾਂ ਵੀ ਸਾਰੇ ਕਰਦੇ ਹੀ ਸੀ ਗੱਲ ਕਿਤੇ ਜਿਹਨਾਂ ਨਾਰਾਜ਼ ਨਾ ਹੋ ਜਾਓ ਕਿਉਂਕਿ ਮਾਨ ਸਨਮਾਨ ਹੈ ਜਿਹੜਾ ਕਿਉਂਕਿ ਜਿਹਨਾਂ ਦਾ ਵਿਸ਼ੇਸ਼ ਸਹਿਯੋਗ ਹੈ ਕਿਉਂਕਿ ਮੇਲੇ ਕਰਵਾਉਣੇ ਕੋਈ ਸੌਖੀ ਗੱਲ ਨਹੀਂ ਹੈ ਜਿਹਨਾਂ ਵੀਰਾਂ ਦਾ ਮੇਲਿਆਂ ਦੇ ਵਿੱਚ ਵੱਧ ਤੋਂ ਵੱਧ ਸਹਿਯੋਗ ਹੈ ਉਹਨਾਂ ਦਾ ਸਨਮਾਨ ਕਰਨਾ ਸਾਡਾ ਫਰਜ਼ ਬਣਦਾ ਹੈ ਭਾਈ ਜੀਤਾ ਜੀ ਇਟਲੀ ਤੋਂ ਭਾਈ ਜੀਤਾ ਇਟਲੀ ਪਲੀਜ਼ ਭੁਪਿੰਦਰ ਸਿੰਘ ਕੰਗ ਜੀ ਭਾਈ ਭੁਪਿੰਦਰ ਸਿੰਘ ਕੰਗ ਜੀਤਾ ਇਟਲੀ ਵਾਹਿਗੁਰੂ ਆਹਾ ਜੀ ਇਹੋ ਜਿਹੇ ਬਾਜੇ ਪਹਿਲਾਂ ਵਜਾਇਆ ਕਰੋ ਬਹੁਤ ਵਧੀਆ ਬਿਜਲੀ ਵਾਲੇ ਬਾਜੇ ਨੇ ਇਹਦੇ ਨੂੰ ਜੋੜ ਲੱਗਦਾ ਭਾਈ ਗੁਰਪ੍ਰੀਤ ਸਿੰਘ ਜੀ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਜੀ ਆ ਜੀ ਕਿਆ ਬਾਤ ਹੈ ਬੜੀ ਮਿਹਨਤ ਕੀਤੀ ਹੈ ਮੇਰੇ ਵੀਰ ਨੇ ਰਧਵਾ ਜਸ ਬਾਜਵਾ ਜੀ ਜਸ ਬਾਜਵਾ ਇਹਨਾਂ ਤੋਂ ਪਹਿਲਾਂ ਭਾਈ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਜੀ ਗੁਰਾਂ ਦੇ ਨਾਲ ਪ੍ਰੀਤ ਬੜਾ ਖੂਬਸੂਰਤ ਨਾਮ ਹੈ ਗੁਰਪ੍ਰੀਤ ਸਿੰਘ ਜੀ ਇਹਨਾਂ ਤੋਂ ਬਾਅਦ ਜਸ ਬਾਜਵਾ ਜੀ ਗੁਰਪ੍ਰੀਤ ਨਸਰਾਣਾ ਜੀ ਉਹ ਸਨਮਾਨ ਲੈ ਜਾਣ ਜੀ ਮੈਂ ਬੇਨਤੀ ਕਰਾਂਗਾ ਭਾਈ ਜਤਿੰਦਰ ਡੇਜਰ ਜੀ ਨੂੰ ਆਪਣਾ ਸਨਮਾਨ ਲੈ ਕੇ ਜਾਣ ਜੀ ਸਤਵਿੰਦਰ ਪਰਿਵਾਰ ਸਤਵਿੰਦਰ ਜੀ ਪਰਿਵਾਰ ਸਾਹਿਬ ਆਓ ਜੀ ਸਤਵਿੰਦਰ ਜੀ ਭਾਈ ਜਰਮੈਲ ਸਿੰਘ ਜੀ ਇਹਨਾਂ ਤੋਂ ਬਾਅਦ ਜਰਮੈਲ ਸਿੰਘ ਜੀ ਆ ਗਏ
ਜਗਰਾਜ ਜੀ ਖਰਾ ਤੋਂ ਬਾਅਦ ਭਾਈ ਪਰਮਿੰਦਰ ਨਿੰਜਰ ਸਾਹਿਬ ਪਰਮਿੰਦਰ ਨਿੰਜਰ ਸਾਹਿਬ ਪਰਮਿੰਦਰ ਨਿੰਜਰ ਸਾਹਿਬ ਆ ਰਹੇ ਪਰਮਿੰਦਰ ਨਿੰਜਰ ਸਾਹਿਬ ਆਪਣਾ ਸਨਮਾਨ ਨਹੀਂ ਪਹੁੰਚੇ ਜੀ ਸਰਵਾ ਸਨਮਾਨ ਜੀ ਬਲਜਿੰਦਰ ਨਿੰਜਰ ਸਾਹਿਬ ਨੂੰ ਤਾਂ ਮੈਂ ਬੋਲਿਆ ਨਾਮ ਉਹਨਾਂ ਸਨਮਾਨ ਪ੍ਰਾਪਤ ਕੀਤਾ ਗਿਆ ਇਹਨਾਂ ਦੇ ਕੋਲ ਪੂਰੇ ਜਿਹੜਾ ਸਾਥ ਹੋ ਬਾਜੀ ਕਰਦੇ ਸ਼ੁਰੂ ਲਓ ਜੀ
ਇਧਰੋਂ ਮੇਰਾ ਨਾਮ ਬੰਬੂ ਜਲੰਧਰੀ ਕਿਉਂਕਿ ਕਾਫੀ ਸਮਾਂ ਪਹਿਲਾਂ ਜਦੋਂ ਜਿਹੜੇ ਕਮੈਂਟਰੀ ਵਾਲੇ ਸੀ ਉਹ ਘੱਟ ਗਏ ਸੀ ਥੋੜ੍ਹੇ ਜਿਹੇ ਕਿਸੇ ਕਾਰਨ ਫਿਰ ਦਿਲੀਪ ਕੁਮਾਰ ਸ਼ਰਮਾ ਜੀ ਉਹਨਾਂ ਨੇ ਮੈਨੂੰ ਕਿਡਨੈਪ ਕਰਕੇ ਲੈ ਕੇ ਆਉਂਦਾ ਮੈਨੂੰ ਥੋੜ੍ਹਾ ਜਿਹਾ ਚਾਲੂ ਕੀਤਾ ਕਹਿੰਦੇ ਵੀ ਕਬੱਡੀ ਕਮੈਂਟਰੀ ਤੈਅ ਕਰਨੀ ਹੈ ਵਰਲਡ ਕੱਪ ਦੇ ਵਿੱਚ ਕਮੈਂਟਰੀ ਮੈਂ ਨਹੀਂ ਕੀਤੀ ਥੋੜ੍ਹੀ ਸਾਡੇ ਬੱਬੂ ਜਲੰਧਰੀ ਜੀ ਬਹੁਤ ਹੀ ਅੱਛੇ ਇਨਸਾਨ ਬਹੁਤ ਹੀ ਅੱਛੇ ਕਲਾਕਾਰ ਨੇ ਬਹੁਤ ਹੀ ਅੱਛੇ ਕਮੈਂਟਰੀ ਕਰੂ ਨੇ ਕੀ ਬਾਤ ਹੈ ਜੀ ਬਹੁਤ ਹੀ ਅੱਛੇ ਕਰਮ ਤੇ ਧਨੀ ਨੇ ਬਹੁਤ ਅੱਛੇ ਕਮੈਂਟੇਟਰ ਨੇ ਕਿਉਂਕਿ ਸ਼ਾਇਰ ਲਿਖਦਾ ਕਿ ਕਲਮ ਕੀ ਸ਼ਮਸ਼ੀਰ ਬਣਾ ਲੈਂਦੇ ਹੈ ਹਮ ਪਾਣੀ ਪਰ ਤਸਵੀਰ ਬਣਾ ਲੈਂਦੇ ਹੈ ਹਮ ਤਕਦੀਰ ਕੀ ਕਿਆ ਬਾਤ ਹੈ ਕਿਉਂਕਿ ਤਕਦੀਰ ਕੀ ਵੀ ਤਕਦੀਰ ਬਣਾ ਲੈਂਦੇ ਹੈ ਹਮ ਬਹੁਤ ਹੀ ਅੱਛੇ ਅੱਛੇ ਸ਼ੇਰ ਇਹਨਾਂ ਦੇ ਖਜ਼ਾਨੇ ਵਿੱਚ ਨੇ ਸੋ ਇਹਨਾਂ ਦੀ ਤਮੰਨਾ ਹੈ ਕਿ ਅੱਜ ਮੈਂ ਭਾਈ ਗਿੱਲ ਹਰਦੀਪ ਹੋਣਾ ਨੂੰ ਤੁਹਾਡੇ ਰੂ ਰੁਕਾਂ ਸੋ ਮੈਂ ਤੁਹਾਡਾ ਵੀਰ ਬੇਨਤੀ ਕਰਕੇ ਭਾਈ ਬੱਬੂ ਜਲੰਧਰੀ ਸਾਹਿਬ ਇੱਕ ਵਾਰ ਇਹਨਾਂ ਕਲਾਮ ਦਾ ਜ਼ੋਰ ਦਰ ਦਿਓ ਆਓ ਜੀ ਸਭ ਤੋਂ ਪਹਿਲਾਂ ਪੰਜਾਬ ਯੂਥ ਕਲੱਬ ਆਰਗੇਨਾਈਜ਼ੇਸ਼ਨ ਇਟਲੀ ਵੱਲੋਂ ਬਹੁਤ ਹੀ ਸ਼ਾਨਦਾਰ 13ਵਾਂ ਮਰਹੂਮ ਅਮਰ ਢਾਡੀ ਅਮਰ ਸਿੰਘ ਛੌਂਕੀ ਯਾਦ ਵਿੱਚ ਕਰਵਾਇਆ ਜਾ ਰਿਹਾ ਹੈ ਔਰ ਬਹੁਤ ਹੀ ਰਾਜੂ ਚੁੱਪੋ ਸਾਹਿਬ ਬਹੁਤ ਸਨਮਾਨ ਕਰਦੇ ਸਾਡੇ ਬਹੁਤ ਹੀ ਸਰਦਾਰ ਜੋ ਵੀਰ ਚੇਅਰਮੈਨ ਜਸਵੀਰ ਖਾਨ ਜੀ ਜਿਹੜੇ ਸਾਹਿਬ ਬਲਦੇਵ ਸਿੰਘ ਗੁਰੇਟਾ ਪੰਮਾ ਸਾਨੀਆ ਅਨਿਲ ਕੁਮਾਰ ਸ਼ਰਮਾ ਜੀ ਸਤਿੰਦਰ ਸਿੰਘ ਜੀ ਜੀ ਔਰ ਪ੍ਰਧਾਨ ਸਰਪ੍ਰਸਤ ਮੋਹਨ ਸਿੰਘ ਜੀ ਹਿਲਾ ਸਾਹਿਬ ਕਬੱਡੀ ਸ਼ਦਾਈ ਨੇ ਮੇਰੇ ਪਿੰਡ ਵੀਰੋ ਸੋ ਬਹੁਤ ਵਧੀਆ ਸਾਰੇ ਮੇਰੇ ਭਰਾ ਨੇ ਕਿਉਂਕਿ ਕਬੱਡੀ ਜੇ ਲਿਆਉਣ ਵਾਲੇ ਆ ਇਹ ਸਾਰੇ ਮੇਰੇ ਭਰਾ ਮੈਨੂੰ ਆ ਮੈਂ ਜ਼ਿਆਦਾ ਸਮਾਂ ਨਹੀਂ ਤੁਹਾਡੇ ਕੋਲ ਲੈਣਾ ਦੋ ਤਿੰਨ ਮਿੰਟ ਲੈਣੇ ਆ ਕਿ ਬੰਦਾ ਅਮੀਰ ਹੋਊ ਜੇ ਨੇਕ ਨਹੀਂ ਤਾਂ ਇਨਸਾਨ ਨਹੀਂ ਬੰਦਾ ਅਮੀਰ ਹੋਊ ਜੇ ਨੇਕ ਨਹੀਂ ਤਾਂ ਇਨਸਾਨ ਨਹੀਂ ਜਿਹੜਾ ਕੱਟਣ ਦਸਵੰਤ ਗੁਰੂ ਘਰ ਦਾ ਚੋਹੀ ਜਹਾਨੀ ਉਹ ਪਰਿਵਾਰ ਹੈ ਨਹੀਂ ਉਸ ਸ਼ਖਸ ਦੇ ਬੋਲਾਂ 'ਚ ਅਸਰ ਹੋ ਨਹੀਂ ਸਕਦਾ ਜਿਸ ਸ਼ਖਸ ਦੀ ਮਿੱਠੀ ਜਵਾਨ ਹੈ ਨਹੀਂ ਖੂਨ ਦਾਨ ਤਾਂ ਦੋਸਤੋ ਬਹੁਤ ਕਰਦੇ ਪਰ ਖੁਸ਼ੀ ਦੇਣ ਵਰਗਾ ਕਿਸੇ ਨੂੰ ਦਾਨ ਨਹੀਂ ਕਿਸੇ ਨੂੰ ਖੁਸ਼ੀ ਦੇਣ ਵਰਗਾ ਕੋਈ ਦਾਨ ਨਹੀਂ ਇੱਕ ਤੋਂ ਹੋਰ ਸ਼ੇਅਰ ਜਿਹੜੇ ਆ ਬਾਈ ਮੱਖਣ ਜਿਹਨਾਂ ਦੇ ਮੇਰਾ ਵੀਰ ਗੀਤ ਗਾਉਂਦਾ ਹੈ ਮੈਂ ਬਾਈ ਦਾ ਫੈਨ ਹਾਂ ਗਿੱਲ ਹਰਦੀਪ ਦਾ ਅਤੇ ਕਿਹੜਾ ਸੈਂਟ ਜਿਨ੍ਹਾਂ ਦੇ ਕਦੀ ਮਹਿਕ ਜੰਗੀ ਉਹ ਕੀ ਜਾਣਦੇ ਜਿਨ੍ਹਾਂ ਨੇ ਸੁੰਘਿਆ ਨਹੀਂ ਸਭੇ ਨਿਮਤਾ ਮਾਂ ਦੇ ਦੁੱਧ ਅੰਦਰ ਉਹ ਕੀ ਜਾਣਦੇ ਜਿਨ੍ਹਾਂ ਨੇ ਚੁੰਘਿਆ ਨਹੀਂ ਅਤੇ ਮੱਖਣ ਬਰਾੜਾ ਉਹਨਾਂ ਬੋਲਣ ਨੂੰ ਬੋਲਣ ਦਾ ਕੀ ਫਾਇਦਾ ਅਤੇ ਜਿਹਨਾਂ ਬੋਲਣ ਨੂੰ ਕਿਸੇ ਨੇ ਡੁੱਬਿਆ ਨਹੀਂ ਸੋ ਦੰਦਰ ਡਾਕੀ ਦੀ ਆਵਾਜ਼ ਦਾ ਮਾਲਕ ਗਿੱਲ ਹਰਦੀਪ ਜਿਹੜਾ ਗੀਤ ਕਿ ਰੋਟੀ ਨਹੀਂ ਖਾਧੀ ਜਿਹਨੇ ਕਦੇ ਚਾਰ ਦੇ ਕੰਡੇ ਨਾਲ ਧੂਈ ਨਹੀਂ ਲੱਗੀ ਜਿਹਨੇ ਕਦੇ ਬਾਂਦ ਦੇ ਮੰਜੇ ਨਾਲ ਜਬਰ ਜ਼ਰੂਰ ਸਹਿ ਕੇ ਜੋ ਕਦੇ ਬਾਕੀ ਨਹੀਂ ਹੁੰਦਾ ਬੇਸ਼ੱਕ ਰਹੇ ਪੰਜਾਬ 'ਚ ਉਹ ਪੰਜਾਬੀ ਨਹੀਂ ਹੁੰਦਾ ਲਓ ਬੇਸ਼ੱਕ ਗਿੱਲ ਹਰਦੀਪ ਜੀ ਬੇਨਤੀ ਹੈ ਤੁਸੀਂ ਜਿੰਨੇ ਵੀ ਬੈਠੇ ਹੋ ਮੇਰੇ ਭਰਾ ਛੋਟੇ ਵੀਰ ਟੀਵੀ ਆਪਣਾ ਬੈਠਾ ਇੱਥੇ ਸਾਰਾ ਲਾਈਵ ਜਿਹੜੇ ਕਰ ਰਹੇ ਆ ਅਤੇ ਪਰ ਉਹਨਾਂ ਤੋਂ ਖੁਸ਼ ਹੋ ਇੱਕ ਤਾੜੀ ਲਾ ਦਿੰਦਾ ਕਿਉਂਕਿ ਮੈਂ ਤਾਂ ਪਹਿਲੀ ਵਾਰ ਆਇਆ ਦੇਵੇ ਜੀ ਮੈਂ ਪਹਿਲੀ ਵਾਰੀ ਆਇਆ ਤੁਹਾਡੇ ਪੂਰੇ ਜੱਟਾ ਸਾਹਿਬ ਅਤੇ ਖਾਨ ਸਾਹਿਬ ਵੀਰੇ ਜਿੰਨੀ ਕਮੇਟੀ ਤੁਹਾਡੀ ਯੂਥ ਕਲੱਬ ਇਹਨਾਂ ਨੇ ਬੁਲਾਇਆ ਅਤੇ ਮੈਂ ਤਾਂ ਇਟਲੀ ਵੇਖਿਆ ਪਹਿਲੀ ਵਾਰੀ ਹੈ ਸੋ ਆਹ ਫਿਰ ਆਪਾਂ ਲਾਉਣੇ ਗਾਣਾ ਇੱਕ ਮੈਂ ਤੁਹਾਨੂੰ ਗਾਣਾ ਪਾਸ ਵੀ ਕਰਾਉਣਾ ਥੋੜ੍ਹਾ ਜਿਹਾ ਜਾਂਦੇ ਹੋਏ ਨਹੀਂ ਮੇਰਾ 75 ਦਾ ਰਿਲੀਜ਼ ਹੋਇਆ ਗਾਣਾ ਉਹ ਕਰਾ ਕੇ ਲੀਜ ਬੱਬੂ ਬਾਈ ਦੀ ਫਰਮਾਇਸ਼ ਹੈ ਵੀ ਪਹਿਲਾਂ ਤਾਂ ਪੰਜਾਬੀ ਹੁੰਦਾ ਕਿ ਜਿਵੇਂ ਲਾਓ ਥੋੜ੍ਹਾ ਜਿਹਾ ਬਬਲਾ ਪੈਂਦਾ ਤੁਹਾਡਾ ਵੀ ਸਾਰਾ ਦੇਖ ਕਿਉਂਕਿ ਕਲਾਕਾਰ ਨੂੰ ਸਾਰਿਆਂ ਦਾ ਮਾਣ ਰੱਖਣਾ ਪੈਂਦਾ ਉਹ ਰੋਟੀ ਜੀ ਨੇ ਕਦੇ ਨਹੀਂ ਖਾਧੀ ਚਾਰ ਦੇ ਕੰਡੇ ਨਾ ਸ਼ਰਮਾ ਜੀ ਉਹ ਪਿੱਤ ਨਿਕਲੀ ਤੋਂ ਢੂਈ ਨਹੀਂ ਲੱਗਣੀ ਉਹ ਮਾਣ ਦੇ ਮੰਜੇ ਨਾ ਪੰਜਾਬੀ ਹੁੰਦਾ
ਕਹਿੰਦੇ ਨਹੀਂ ਕੋਈ ਲਾਲ ਜੀ ਬੈਠੋ ਕੋਈ ਮਾਈ ਜੀ ਕਹਿੰਦੇ ਨੀ ਮੇਲਣੇ ਤੂੰ ਆਈ ਸਾਡੇ ਪਿੰਡ ਚ ਪਰੌਣੀ ਪਿੰਡ ਕਾਦਾ ਸਾਰਾ ਮੇਰੀ ਫੋਟੀਆਂ ਦੀ ਸ਼ੌਣੀ ਸੁਣੇ ਤੈਨ 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 ਹੁੰਦਾ ਫੈਰ ਉੱਤੇ ਫੈਰ ਪਾਏ ਘਰ ਦੀ ਸ਼ਰਾਬ ਦੇ ਪੁਆਲੇ ਇਟਲੀ ਸਾਰਾ ਵੇਲ ਨਿਕਲਦਾ ਨਹੀਂ ਯਾਰ ਆਏ ਨਾ ਇਟਲੀ ਸਾਰਾ ਸੌ ਬੰਦੇ ਹੁੰਦਾ ਤੇ ਜੱਟ ਮਾਰਦੇ ਫਿਰ ਲਿਕਾ ਖੇਤਾਂ ਨੂੰ ਹੌੜਾ ਰਸਤਾ ਖੋਲ
अरदास करो सारे हथी किरत कमाई करनी दसी बाबे ने हथी किरत कमाई करनी दसी बाबे ने सानू वंड के रखता वो थोड़े खून खराबे ने सानू वंड के रखता वो थोड़े खून खराबे ने ते गेट लोहे दे लाते तुसे गेट लोहे दे लाते जड़ के वड्डियां देखानू आड़ा रस्ता खोल दियो बाबे दे खेतानू आड़ा रस्ता खोल दियो बाबे दे खेतानू मैं सारी का यूथ क्लब का बहुत धन्यवादी है बाबे ने कहते चाहे फिर थोड़े दर्शन कराए तुम्हें मैंने बहुत मदद की सुने जे कोई गलती कितों हो गई होट वरत गया कोई गाँव माड़ा गाया गया मैं थोड़े चरण तक मन रखता वाहेगुरु जी का खालसा थैंक यू आवाज का क्या आवाज है जी खेल हरदीप साहब वाकई बहुत ही बुलंद आवाज है मारे सो अखीर के सारे शौकी मेले दिया लख लख मुबारक जी सारे क्लब को जिन्होंने कि एडा वड्डा उद्यम करके 13वां स्वर्गीय अमर सिंह शौकी मेला करवाया है और आप सारे का बहुत बहुत धन्यवाद जिन्हें भी कलाकार इतने पहुंचे सारे उन्होंने कलाकार का बहुत बहुत धन्यवाद साडा बिल्लू हलवाई जी हाँ 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 क्या बात है जी उन्होंने बहुत बहुत धन्यवाद है जी और धन्यवाद है ऑस्ट्रेलिया तो जो कि लाइव जिन्हें लाइव टेलीकास्ट किया है आवाज़ ऑस्ट्रेलिया की उन्होंने सीओ साहब इकबाल कौर खेला जी और परमजीत सिंह जी खेला साहब साढ़े बिल्लू जी उन्होंने भी बहुत बहुत धन्यवाद है जी मातावा भैन वीर बजुर्गों का मैं राजू चमकौर साहब वाला क्योंकि इन्ना क प्यार है इस क्लब के नाल भाई बलदेव सिंह जी पहले ही एक साल पहले डेट लिखा दिता कि राजू डेट फिक्स कर ला हूँ अगले साल की सो बाबे ने चाहिया तो दोबारा फिर अगले साल मेले हो गए सो अज के इस मेले की समाप्ति है एक बार फिर सारे जिन्हें भी श्रोते इतने आए आप सब का बहुत बहुत धन्यवाद मेहरबानी शुक्रिया वाहेगुरू जी का खालसा वाहेगुरू जी की फतेह थैंक यू जी मेहरबानी